सिवा पर मोहे हैं शुभ कर मनते कभो ना डरू न डरू और सोच अब चाय लड़ू निश्चय कर अपनी जीत कर वाहगुरु जी का खालसा वाहगुरु जी की फतेह तो अभी वेख रहे हो संगत टैलीविजन का खास प्रोग्राम खालसा राज किमें बनिया ਹੋਂ ਤੱਕ ਇਸ ਪ੍ਰੋਗਰਾਮ ਦੇ 500 ਪਾਗ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਹਾਂ ਤੇ ਅੱਜ 501 ਨੰਬਰ ਲੈ ਕੇ ਆਪਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ ਸਾਰਿਆਂ ਹੀ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿੱਥੇ-ਜਿੱਥੇ ਵੀ ਬੈਠੇ ਇਸ ਪ੍ਰੋਗਰਾਮ ਨੂੰ ਦੇਖਦੇ ਹੋ ਆਨੰਦ ਮਾਣਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਪ੍ਰੋਗਰਾਮ ਲੰਮੀਰਾ ਜ਼ਰੂਰ ਹੈ ਪਰ ਇਹ ਪ੍ਰੋਗਰਾਮ ਦੇ ਵਿੱਚ ਜਦੋਂ ਅਸੀਂ ਸੁਣਦੇ ਮਨ ਦੇ ਵਿੱਚ ਛਾ ਹੁੰਦਾ ਕਿ ਅਗਾ ਸਤਿਗੁਰੂ ਜੀ ਨੇ ਕੀ ਕੀਤਾ ਕਿਸ ਤਰ੍ਹਾਂ ਦੇ ਹਾਲਾਤ ਚੋਂ ਨੰਗੇ ਕੀ ਪਾਣਾ ਵਰਤਿਆ ਸਾਰਿਆਂ ਦੇ ਮਨ ਦੇ ਵਿੱਚ ਇੱਕ ਚਾਜ ਆ ਬਣਿਆ ਹੋਇਆ ਕਿ ਇਹ ਪ੍ਰੋਗਰਾਮ ਦੇ ਜ਼ਰੀਏ ਉਹਨਾਂ ਨੂੰ ਬਹੁਤ ਕੁਝ ਨਵਾਂ ਜਿਹੜਾ ਸਿੱਖਣ ਨੂੰ ਮਿਲ ਰਿਹਾ ਹੈ ਖਾਸ ਕਰਕੇ ਧੰਨਵਾਦ ਕਰਦੀ ਹਾਂ ਸਤਕਾਰਯੋਗ ਵੀਚੀ ਰੰਜੀਕ ਰੰਜੀ ਸਿੰਘ ਰਾਣਾ ਜੀ ਦਾ ਜਿਹੜੇ ਕਿ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਗੁਰ ਇਤਿਹਾਸ ਗੁਰ ਬਾਣੀ ਤੇ ਗੁਰ ਫਲਸਫੇ ਤੇ ਅਧਾਰ ਤੇ ਦੇ ਦਿੰਦੇ ਹਨ ਵੀਰ ਜੀ ਨੂੰ ਜੀ ਆਖਦੇ ਆ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਤ ਗੁਰੂ ਫਤਿਹ ਸਾਂਝੀ ਕਰਦੇ ਵਿੱਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਐਪੀਸੋਡ ਵਿੱਚ ਵੀਰ ਜੀ ਤੁਸੀਂ ਸੰਗਤਾਂ ਦੇ ਨਾਲ ਸਾਂਝ ਪਾ ਰਹੇ ਸੀ ਕਿ ਸਤਗੁਰੂ ਜੀ ਦੀ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਤੇ ਸੈਇਦ ਵਹਿਮੀ ਨੂੰ ਜਿਹੜਾ ਸੀ ਉਹਨੂੰ ਅਮਰਸ਼ਕਾ ਕੇ ਉਹਦੇ ਜਿਹੜੇ ਵਹਿਮ ਸੀ ਉਹਨਾਂ ਨੂੰ ਦੂਰ ਕਰਕੇ ਉਹਨੂੰ ਅਜਮੇਰ ਸਿੰਘ ਬਣਾਇਆ ਸਤਗੁਰੂ ਜੀ ਨੇ ਪਿੰਡ ਬਾਜਿ ਉਸ ਤੋਂ ਬਾਅਦ ਸਤਗੁਰੂ ਜੀ ਪਿੰਡ ਬਾਜਿ ਪੂਜੇ ਜਿੱਥੇ دیਵਾਨੇ ਸਾਧ ਕਹਿ ਸਕਦੇ ਕਿ ਸੁੱਖਾ ਤੇ ਬੁੱਧੂ ਜਿਹੜਾ ਸੀ ਉਹ ਸਤਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਜਿਹੜੇ ਕਿ ਮਾਲਵੇ ਦੇ ਉਹਨਾਂ ਮਾਲਵੇ ਦੇ ਰਹਿਣ ਹੈ ਸਤਗੁਰੂ ਬੀਰ ਜੀ ਮਾਲਵੇ ਦੇ ਵਿੱਚ ਰਹੇ ਸੀ ਪਰ ਉਹਨਾਂ ਜਿਹੜੇ ਸੀ ਸੁੱਖੂ ਤੇ ਬੁੱਧੂ ਉਹਨਾਂ ਦਾ ਸੁਭਾਸੀ ਲੋਕ ਗੀਤ ਗਾਉਣੇ ਕਵੀਸ਼ਰੀ ਕਹਿ ਸਕਦੇ ਆ ਕਵੀਸ਼ਰੀ ਅੰਦਾਜ਼ ਵਿੱਚ ਉਹਨਾਂ ਨੇ ਸਤਗੁਰੂ ਜੀ ਦੀ ਉਸਤਤ ਕੀਤੀ ਤੇ ਉਹਨਾਂ ਨੇ ਸਤਗੁਰੂ ਜੀ ਨੂੰ ਜਿਹੜਾ ਸੀ ਆਪਣੀ ਕਵੀਸ਼ਰੀ ਸੁਣਾਈ ਸਤਗੁਰੂ ਜੀ ਨੇ دیਵਾਨੇ ਸਾਧ ਤੇ ਸੁੱਖੇ ਸੁੱਖ ਸੁਖੂ ਤੇ ਬੁੱਧੂ ਨੂੰ ਇੱਕ ਬਹੁਤ ਵੱਡੀ ਬਖਸ਼ਿਸ਼ ਕੀਤੀ ਤੇ ਪਿੰਡ ਬਾਜਕ ਤੋਂ ਸਤਿਗੁਰੂ ਜੀ ਕਿਹੜੀ ਦਿਸ਼ਾ ਵੱਲ ਨੂੰ ਗਏ ਇਹਦੇ ਬਾਰੇ ਸੰਗਤਾਂ ਦੇ ਨਾਲ ਜ਼ਰੂਰ ਸਾਂਝ ਪਾਇਓ ਤੇ ਅਗਾਹ ਹੋਰ ਕਿਹੜੇ ਪਿੰਡਾਂ ਤੇ ਕਸਬਿਆਂ ਦੇ ਵਿੱਚ ਉਸ ਜੀ ਸਤਿਗੁਰੂ ਜੀ ਹੋ ਲੰਘ ਰਹੇ ਸੀ ਕਿਉਂਕਿ ਉਸ ਸਮਾ ਇਸ ਤਰ੍ਹਾਂ ਦਾ ਸੀ ਕਿ ਸਾਡੇ ਵਰਗਾ ਜਿਹੜਾ ਆਮ ਕਹ ਜੀਏ ਆਮ ਇਨਸਾਨ ਹੋਵੇ ਉਹ ਦੁੱਖਾਂ ਦੇ ਵਿੱਚੋਂ ਜੋ ਡੰਗਦਾ ਤੇ ਘਬਰਾ ਜਾਂਦਾ ਪਰ ਸਤਿਗੁਰ ਜੀ ਕਹਿ ਸਕਦੇ ਆ ਕਿ ਬੇਖੌਫ ਜਿਹੜੇ ਸੀ ਉਹਨਾਂ ਪਿੰਡਾਂ ਵਿੱਚੋਂ ਵਿਚਰੇ ਰਹੇ ਸੀ ਸਤਿਗੁਰ ਜੀ ਦਾ ਇਹਦੇ ਵਿੱਚ ਕੋਈ ਖਾਸ ਹੀ ਮਕਸਦ ਸੀ ਜਿਹੜਾ ਕਿ ਸਤਿਗੁਰ ਜੀ ਉਹਨਾਂ ਪਿੰਡਾਂ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਜਿਹੜੇ ਸੀ ਸਿੱਖੀ ਦੀ ਦਾਤ ਜਿਹੜੀ ਸੀ ਬਖਸ਼ ਰਹੀ ਸੀ ਪਰ ਇਹਦੇ ਵਿੱਚ ਅੱਜ ਦੇ ਐਪੀਸੋਡ ਵਿੱਚ ਤੁਸੀਂ ਕੋਸ਼ਿਸ਼ ਕਰੋ ਕਿ ਬਾਜਿਕ ਪਿੰਡ ਤੋਂ ਸਤਿਗੁਰ ਜੀ ਕਿਹੜੇ ਕਿਸ ਦਿਸ਼ਾ ਵਿੱਚ ਮਿਲ ਗਏ ਧੰਨਵਾਦ ਅੰਜੀ ਤੁਹਾਡਾ ਬਹੁਤ ਬਹੁਤ ਵਾਜਕਪਿੰਡ ਚ ਆਪਾਂ ਪਿੱਛੇ ਪਿਛਲੇ ਐਪੀਸੋਡ ਵੀ ਜ਼ਿਕਰ ਕਰ ਰਹੇ ਸੀ ਹਾਂਜੀ ਤੁਸੀਂ ਉਹ ਲੜੀ ਨਾਲ ਜੁੜੀ ਆ ਦਿਵਾਨੇ ਸਾਧੂ ਸੁਖੂ ਤੇ ਬੁੱਧੂ ਹਾਂਜੀ ਉਹਨਾਂ ਦੀ ਅਗਵਾਈ ਚ ਆਇਸੀ ਸਤਗੁਰ ਦੇ ਉੱਤੇ ਹਮਲਾਵਰ ਹੋ ਕੇ ਹਾਂਜੀ ਬਣ ਗਿਆ ਸ਼ਰਧਾਲੂ ਜੀ ਪਰ ਮੈਂ ਸੋਚਦਾ ਵੀ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਇਹੋ ਜਿਹਾ ਬਹੁਤ ਕੌਤਕਾਇਆ ਹੈ ਕੇ ਸਾਤਾਂ ਕੀ ਹਾਂਜੀ ਵੱਡੇ ਵੱਡੇ ਜਰਨੈਲ ਵੀ ਜਿਹੜੇ ਹਮਲਾਵਰ ਹੋ ਕੇ ਆਏ ਸਤਿਗੁਰੂ ਦੇ ਦਰਸ਼ਨ ਕੀਤੇ ਸਤਿਗੁਰੂ ਦੀ ਮਰਜ਼ੀ ਹੋਈ ਵੀ ਇਹਨੂੰ ਨਿਹਾਲ ਕਰਨਾ ਆ ਜੀ ਤੇ ਸਤਿਗੁਰੂ ਨੇ ਨਜ਼ਰੀ ਨਜ਼ਰ ਨਿਹਾਲ ਕੀਤਾ ਬੇਸ਼ੱਕ ਉਹ ਸੈਦ ਬੇਗ ਸੀ ਬੇਸ਼ੱਕ ਉਹ ਖਾਨ ਸੀ ਉਹ ਬਾਅਦ ਗੁਰੂ ਗੋਬਿੰਦ ਸਿੰਘ ਦਾ ਹੋ ਕੇ ਰਹਿ ਗਿਆ ਜੀ ਜੀ ਔਰ ਜੇ ਸਤਿਗੁਰੂ ਨੇ ਉਹਦੇ ਕਰਮ ਕਦੇ ਪਿਛਲੇ ਜਾਗਦਾ ਤੇ ਜੇ ਸਤਿਗੁਰੂ ਨੇ ਦੇਖਿਆ ਕਿ ਇਹਦੇ ਇਦਾਂ ਕਰਮ ਨਹੀਂ ਜਾਗਣੇ ਇਹਦਾ ਚੋਲਾ ਜਿਹੜਾ ਆ ਬੜਾ ਮਲੀ ਪਲੀਟ ਹੋ ਗਿਆ ਆ ਮੜਾ ਹੋ ਗਿਆ ਤੇ ਸਤਿਗੁਰੂ ਨੇ ਫਿਰ ਉਹਨੂੰ ਤੀਰ ਦੇ ਨਾਲ ਤਲਵਾਰ ਦੇ ਨਾਲ ਵੀ ਨਵਾਂ ਜੀਵਨ ਦੇ ਤਾ ਸਤਗੁਰ ਨਵਾਂ ਜੀਵਨ ਦਿੰਦਾ ਆ ਕਦੀ ਸਤਗੁਰੂ ਤੀਰ ਨਾਲ ਦਿੰਦਾ ਕਦੀ ਤਲਵਾਰ ਨਾਲ ਦਿੰਦਾ ਕਦੀ ਹਥਿਆਰ ਦੀ ਕਿਸੇ ਧਾਰ ਨਾਲ ਦਿੰਦਾ ਤੇ ਕਦੀ ਨਜ਼ਰਾਂ ਦੇ ਵਾਰ ਨਾਲ ਦਿੰਦਾ ਨਜ਼ਰੀ ਨਜ਼ਰ ਨਾਲ ਵੀ ਕਰ ਦਿੰਦਾ ਸਤਗੁਰੂ ਜਾਂਦਾ ਸਤਗੁਰੂ ਨਵਾਂ ਜੀਵਨ ਦਿੰਦਾ ਸਤਗੁਰੂ ਨੇ ਕਦੋਂ ਕੀ ਕਰਨਾ ਇਹ ਸਤਗੁਰੂ ਜਾਣੇ ਔਰ ਗੁਰੂ ਗੋਬਿੰਦ ਸਿੰਘ ਦੀ ਸਮਰੱਥਾ ਵਾਰ-ਵਾਰ ਪ੍ਰਗਟ ਹੁੰਦੀ ਆ ਜੀ ਹਮਲਾਵਰ ਹੋਣ ਆਏ ਲੋਕ ਸਾਦਖਾਂ ਕਹਿ ਗਿਆ ਕਿ ਮੈਂ ਗੁਰੂ ਦੇ ਬੁਸ਼ਕਾ ਮੰਨ ਕੇ ਲੈ ਕੇ ਅਨੰਦਪੁਰ ਤੋਂ ਬਰਸਤ ਕੋ ਦੇ ਜਦੋਂ ਸਾਹਮਣੇ ਡਿੱਠਾ ਸਤਗੁਰੂ ਦੇ ਸਤਗੁਰੂ ਦੇ ਕਿਰਪਾਣ ਤੁਹਾਡੇ ਅੱਗੇ ਸਤਗੁਰੂ ਦੇ ਚਾਨਾ ਚ ਪਿਆ ਗਿਆ ਜੀ ਸਾਨੂੰ ਮਾਲਾ ਫੜਾਤੀ ਇਹ ਸਤਗੁਰੂ ਕਰ ਸਕਦਾ ਪਰ ਸਤਗੁਰੂ ਤੇ ਕੋਈ ਮਾਲਾ ਦੇ ਨਾਲ ਵਾਰ ਕਰਦਾ ਆ ਹਾਂਜੀ ਤੇ ਸਤਗੁਰੂ ਦੀ ਮਾਲਾ ਖੋ ਕੇ ਉਹਨੂੰ ਤਲਵਾਰ ਵੀ ਫੜਾਣ ਦੀ ਇਹ ਵੀ ਆਪਾਂ ਆਪਾਂ ਦਾ ਬਾਦਲਾ ਪ੍ਰਸੰਗ ਆਪਾਂ ਗਾਂ ਜਾ ਕੇ ਗੱਲ ਇੱਥੇ ਵੀ ਕਰਨੀ ਆ ਜੀ ਖੈਰ ਸੁਖੂ ਤੇ ਬੁੱਧੂ ਵੀ ਹਮਲਾਵਰ ਹੋ ਕੇ ਆਇਸੀ ਪਰ ਸਤਗੁਰੂ ਦੇ ਸ਼ਰਧਾ ਆਲੂ ਹੋ ਗਿਆ ਸਤਗੁਰੂ ਨੇ ਕਿਹਾ ਜਿੱਥੇ ਟੱਡਾ ਲਗੋ ਕੇ ਆਇਆ ਪਾ ਪਿਛਲੇ ਐਪੀਸੋਡ ਦੀ ਗੱਲ ਕੀਤੀ ਉਹ ਚੱਕ ਲਿਆਓ ਸੁਣਾਓ ਜੋ ਸੁਣਾਉਂਦੇ ਹੋ ਨੇ ਪਿੰਡ ਪਿੰਡ ਘੁੰਮ ਕੇ ਕਿਉਂਕਿ ਜਿਹੜੇ دیਵਾਨੇ ਸਾਧੂ ਸੀ ਇਹ ਪਿੰਡ ਪਿੰਡ ਘੁੰਮ ਕੇ دیਵਾਨਗੀ ਦੀ ਹੱਦ ਤੱਕ دیਵਾਨਾ ਸ਼ਬਦ ਨਾਲ ਤਾਂ ਹੀ ਪਿਆ ਲੋਟ-ਬੋਟ ਹੋ ਜਾਂਦੇ ਸੀ ਤੇ ਲੋਕਾਂ ਦੀ ਬੋਲੀ ਦੇ ਵਿੱਚ ਹਾਂਜੀ ਲੋਕਾਂ ਨੂੰ ਅਧਿਆਤਮਿਕ ਦੀ ਸਿੱਖਿਆ ਦਿੰਦੇ ਸੀ ਆਪ ਵੀ ਬਾਰੇ ਹੋ ਜਾਂਦੇ ਹੁੰਦੇ ਸੀ ਢਮਾਲ ਪਾਉਂਦੇ ਹੁੰਦੇ ਸੀ ਜਿੱਦਾਂ ਮੁਸਲਮਾਨਾਂ ਦੀ ਸੰਪਰਦਾ ਆ ਨਾ ਸੂਫੀ ਹਾਂਜੀ ਬੁੱਲੇ ਸ਼ਾਹ ਵਾਲੀ ਸੰਪਰਦਾ ਜਿਹੜੀ ਕਿ ਨੱਚ-ਨੱਚ ਕੇ ਗੁਰੂ ਨੱਚ-ਨੱਚ ਕੇ ਕਵਾਲ ਮੈਂ ਕਵਾਲ ਪਾਉਣਾ ਆ ਹਾਂਜੀ ਇਹ ਜਿਹੜੇ دیਵਾਨੇ ਸਾਧੂ ਐ ਧਮਾਲ ਪਾਉਂਦੇ ਆ ਇਹ ਹਿੰਦੂਆਨੀ ਸੰਪਰਦਾਸ ਦੀ ਪੁਰਾਣੀ ਭਾਰਤੀ ਸੰਪਰਦਾ ਪਰ ਬਾੜਵੇ ਵਿੱਚ ਇਹ ਸੰਪਰਦਾਵਾਂ ਦਾ ਕਾਫੀ ਜ਼ੋਰ ਸੀ ਔਰ ਤੁਸੀਂ ਪਿੱਛੇ ਤੋਂ ਲੱਗ ਕੇ ਦੇਖਿਆ ਹੋਊਗਾ ਤੇ ਮੁੰਦਰ ਦੇਵਾਨੇ ਤੋਂ ਲੈ ਕੇ ਜਦੋਂ ਗੱਲ ਸ਼ੁਰੂ ਹੁੰਦੀ ਬਲੂਕੇ ਦੇਵਾਨੇ ਤੋਂ ਗੱਲ ਲਾ ਕੇ ਸ਼ੁਰੂ ਹੁੰਦੀ ਆ ਵੀ ਇਹ ਸਾਰੀਆਂ ਜਿਹੜੀਆਂ ਸੰਪਰਦਾਵਾਂ ਸੀ ਜਿੱਥੇ-ਜਿੱਥੇ ਸਤਗੁਰਾਂ ਦੀ ਸਿੱਖੀ ਨਾਲ ਜੁੜੀ ਜਾਂਦੀਆਂ ਆ ਜੀ ਇਸ ਖੂਬਦੂ ਵੀ ਹੁਣ ਜੁੜ ਗਿਆ ਤੇ ਇਸ ਖੂਬਦੂ ਨੇ ਸਤਿਗੁਰੂ ਦੇ ਕੋਲ ਸਤਿਗੁਰੂ ਨੇ ਕਿਹਾ ਉਦਾਂ ਸੁਣਾਓ ਫਿਰ ਮੈਂ ਪਿਛਲੀ ਐਪੀਸੋਡ ਗੱਲ ਕੀਤੀ ਪਰ ਮੈਂ ਗੱਲ ਲੜੀ ਹੋਣੀ ਦੁਬਾਰਾ ਕਹ ਲੈਣਾ ਜੀ ਉਹਨਾਂ ਨੇ ਫਿਰ ਕਿਹਾ ਟਕ ਚੱਕੋਠਾ ਵਿੱਚ ਵੱਸਦਾ ਈ ਜਾਨੀ ਸਦਾ ਨਾ ਮਾਪੇ ਨਿਤ ਨਹੀਂ ਜਵਾਨੀ ਚੱਲਣਾ ਅੱਗੇ ਕਿਉਂ ਭਿਓ ਗਮਾਨੀ ਹੁਣ ਹੋ ਸਿਆਣਾ ਨਹੀਂ ਪੁੱਗੂ ਨਿਦਾਨੀ ਤੇ ਸਤਿਗੁਰੂ ਨੇ ਦੀ ਕਵਤਾ ਤੇ ਖੁਸ਼ ਹੋ ਕੇ ਕਿਹਾ ਬੁੱਧੂ ਅਸੀਂ ਕਵਤਾ ਦਾ ਬਹੁਤ ਸਤਿਕਾਰ ਕਰਦੇ ਹਾਂ ਤੇ ਜਗਜਾੜ ਹਾਂਜੀ ਗੁਰੂ ਗੋਬਿੰਦ ਸਿੰਘ ਦਾ ਕਬਤਾ ਪ੍ਰਤੀ ਜਿਹੜਾ ਸਤਕਾਰ ਆ ਜਿੰਨਾ ਗੁਰੂ ਗੋਬਿੰਦ ਸਿੰਘ ਨੇ ਕੀਤਾ ਕਬਤਾ ਕਵਿਸ਼ਰੀ ਪ੍ਰਤੀ ਸਤਕਾਰ ਉਹਨਾਂ ਸ਼ਾਇਦ ਦੁਨੀਆਂ 'ਚ ਕਿਸੇ ਹੋਰ ਪੈਗੰਬਰ ਨੇ ਨਾ ਕੀਤਾ ਹੋਵੇ ਹਾਂਜੀ ਗੁਰਨਾਣਕ ਰੱਬੀ ਬਾਣੀ ਆ ਰਾਗਾਂ 'ਚ ਆ ਗੁਰਨਾਣਕ ਨੇ ਰਾਗਾਂ ਦੀ ਗੱਲ ਕੀਤੀ ਰੱਬੀ ਬਾਣੀ ਦੀ ਗੱਲ ਕੀਤੀ ਉਹ ਵੀ ਸੰਗੀਤ ਦਾ ਇੱਕ ਬਹੁਤ ਵੱਡਾ ਅੰਗ ਹੈ ਸੰਗੀਤ ਹੈ ਹੀ ਰਾਗਾਂ ਦੇ ਵਿੱਚ ਆ ਗੁਰੂ ਅਰਜਨ ਦੇਵ ਦੇ ਮੇਲੇ ਆ ਕੇ ਰਾਗਾਂ ਤੋਂ ਬਿડા ਕੀਰਤਨ ਕਰਨ ਦੀ ਗੁਰੂ ਅਰਜਨ ਦੇਵ ਕਾ ਸਿੱਧੀਆਂ ਧਾਰਨਾ ਦਾ ਕੀਰਤਨ ਕਰੋ ਜਦੋਂ ਰਬਾਬੀ ਸ਼ੱਤਾ ਤੇ ਬਲਵਾਂਡਰ ਉਸ ਗਿਆ ਸੀ ਸਕਤਨ ਕਾ ਤੁਸੀਂ ਕੀਰਤਨ ਕਰੋ ਗੁਰੂ ਅਰਜਨ ਦੇਵ ਨੇ ਆ ਮੋਰੀ ਲਾ ਕੇ ਕੀਤਾ ਸਿੱਧੀਆਂ ਧਾਰਨਾ ਚ ਬਿਲਕੁਲ ਉਸਿਆਂ ਦਾ ਅੱਜ ਦੇ ਵਿੱਚ ਉਥੋਂ ਪਿਰਤ ਬਈ ਜਿਹੜੀ ਸਾਡੇ ਸਿੱਧੀਆਂ ਧਾਰਨਾ ਦੇ ਧਾਰਨਾ ਦਾ ਕੀਰਤਨ ਕਰਨ ਲਈ ਸਾਡੇ ਮਹਾਪੁਰਸ਼ ਪ੍ਰਾਣੇ ਸੰਤ ਬਾਬਾ ਅਤਰ ਸਿੰਘ ਮਸਤੂਆਣ ਵਾਲੇ ਭਾਈ ਸਾਹਿਬ ਭਾਈ ਰੰਤਿਨ ਸਿੰਘ ਵੀ ਜੀ ਜੀ ਉਸ ਅੰਦਾਜ਼ ਚ ਕੀਰਤਨ ਕਰਦੇ ਨੇ ਵਿੱਚੋਂ ਰਾਗ ਖਤਮ ਕਰ ਦਿੱਤਾ ਗਿਆ ਰਾਗ ਦੀਆਂ ਔਖੀਆਂ ਜਿਹੜੀਆਂ ਸੀਗੀਆਂ ਗੱਲਾਂ ਸੀਗੀਆਂ ਉਹ ਖਤਮ ਕਰਤੀਆਂ ਸਿਧਾਂਤ ਤਾਰਨਾ ਕੀਰਤਨ ਗੁਰੂ ਅਰਜਨ ਦੇਵ ਦੇ ਮੇਲੇ ਤੋਂ ਸ਼ੁਰੂ ਆਇਆ ਪਹਿਲਾਂ ਰਾਗ ਚੱਲਦਾ ਹੁੰਦਾ ਸਾਰਾ ਅੱਛਾ ਪਰ ਹਰਮੰਦਰ ਸਾਹਿਬ ਦੇ ਅੰਦਰ ਰਾਗ ਹੀ ਧਿਆਇਆ ਜੀ ਜੀ ਰਾਗ ਪ੍ਰਧਾਨ ਰਹਾ ਤੇ ਗੁਰੂ ਜੀ ਜਦੋਂ ਜਿੱਥੇ ਸੰਗਤ ਬੈਠੇ ਰਾਗੀਆਂ ਦੀ ਮਥਾਜ ਨਹੀਂ ਗੁਰੂ ਕੀ ਸੰਗਤ ਗੁਰੂ ਦੀ ਉਸਤਤਿ ਕਰਨੀ ਸੀ ਕਿਸੇ ਦੀ ਵੀ ਮਥਾਜ ਨਹੀਂ ਮਥਾਜ ਨਹੀਂ ਹਾਂਜੀ ਅਸੀਂ ਤਾਂ ਗੁਰੂ ਕਹਿੰਦਾ ਵੀ ਨਹੀਂ ਕੁਝ ਕਰ ਸਕਦੇ ਤਾਂ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ ਮੂਲ ਮੰਤਰ ਦਾ ਜਾਪ ਕਰੀ ਚੱਲੋ ਨਹੀਂ ਕਰ ਸਕਦੇ ਤਾਂ ਬਾਣੀ ਪੜੋ ਤੇ ਬਾਣੀ ਨੂੰ ਜਿਸ ਵੀ ਲਾਇ ਚ ਗਾ ਦਿਓਗੇ ਗੁਰੂ ਨੂੰ ਉਹੀ ਪ੍ਰਭਾ ਤੇ ਗੁਰੂ ਅਰਜਨ ਦੇਵ ਨੇ ਕਰਕੇ ਦਿਖਾ ਦਿੱਤਾ ਸੱਤੇ ਬਲਵੰਦ ਦੇ ਮਲੇ ਜਾ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਢਾਡੀ ਵਾਰਾਂ ਜੁੜ ਗਈਆਂ ਜੀ ਜੀ ਕਪਤਾਨਾਲ ਜੁੜ ਗਈ ਢਾਡੀ ਵਾਰਾਂ ਜੁੜੀਆਂ ਔਕਾਤ ਤੱਕ ਤੇ ਢਾਡੀ ਵਾਰਾਂ ਗਾਉਣ ਲੱਗੀਆਂ ਪਹਿਲਾਂ ਨਹੀਂ ਸੀਗਾ ਹੋਈਆਂ ਗੁਰੂ ਹਰਗੋਬਿੰਦ ਸਾਹਿਬ ਦੇ ਵਾਲੇ ਗਾਹ ਜੀਆਂ ਤੀ ਜਿਹੜੀਆਂ 9 ਧੁੰਨੀਆਂ ਢਾਡੀ ਵਾਰਾਂ ਦੀਆਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚਾੜੀਆਂ ਆਂ ਉਹ ਇਹ ਗੱਲ ਕਹੀ ਜਾਂਦੀ ਆ ਕੁਛ ਤਾਂ ਕਹਿੰਦੀ ਗੁਰੂ ਅਰਜਨ ਦੇਵ ਨੇ ਕਰਤਾ ਸਭੂ ਨੂੰ ਪਰ ਜੇ ਗੁਰੂ ਗੋਬਿੰਦ ਸਿੰਘ ਜੀ ਆਗੇ ਆਜ਼ ਗੁਰਤੇਕ ਵਾਦ ਦੀ ਬਾਣੀ ਛਾੜ ਸਕਦੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਨੌ ਤੁੰਗੀਆਂ ਨਹੀਂ ਆ ਕੋਈ ਸਾਡੇ ਸੱਜਣ 12 ਦੀਆਂ ਕੋਈ ਸਾਡੇ ਇਤਿਹਾਸਕਾਰ ਐਦਾਂ ਵੀ ਮੰਨਦੇ ਆ ਸੋ ਗੁਰੂ ਹਰਗੋਬਿੰਦ ਸਾਹਿਬ ਦੇ ਲਈ ਢਾਟੀ ਮਹਾਰਾਜ ਹੋਣੀਆਂ ਗੁਰੂ ਗੋਬਿੰਦ ਸਿੰਘ ਤੇ ਆ ਕੇ ਵੇਲੇ ਆ ਕੇ ਫਿਰ ਕਫਤਾ ਜੁਣੀ ਬਹੁਤ ਵੱਡੇ ਪੱਦਰ ਤੇ ਗੁਰੂ ਸਾਹਿਬ ਨੇ 52 52 ਕਵੀ ਨਾਮ ਰੱਖੇ ਆਪਾਂ ਆਮ ਕਰਦੇ ਨੇ ਪਰ 52 ਕਹਿਣ ਨੂੰ ਇੱਕ ਕਹਤਾ ਆ 52 ਤੋਂ ਵੀ ਜ਼ਿਆਦਾ ਹੋਣਗੇ ਹਾਂਜੀ ਜ਼ਿਆਦਾ ਹੋਣਗੇ ਕਦੀ ਇੱਕ ਆ ਗਿਆ ਕਿ ਦੋ ਚਲ ਗਿਆ ਕਿ ਤੀਜੇ ਚਲ ਗਿਆ ਤੇ ਸਤਿਗੁਰੂ ਨੇ ਕਫਤਾ ਦਾ ਬੜਾ ਸਤਕਾਰ ਕੀਤਾ ਤੇ ਸਤਿਗੁਰੂ ਕਹਿੰਦੇ ਬੁੱਧੂ ਤੇ ਸੁਖ ਨੂੰ ਸੁਬੋਧਨੋ ਕੇ ਤੇ ਅਸੀਂ ਕਫਤਾ ਗਾਉਂਦੇ ਹਾਂ ਨਾ ਲੋਕਾਂ ਦੇ ਅੰਦਾਜ਼ ਵਿੱਚ ਗਾਉਂਦੇ ਹੋ ਲੋਕਾਂ ਨੂੰ ਸਮਝਾਉਣ ਵਾਲੀ ਗਾਉਂਦੇ ਸਾਨੂੰ ਚੰਗੀ ਲੱਗਦੀ ਆ ਜੀ ਜੀ ਤੁਹਾਡੇ ਤੇ ਸਾਡੀ ਬਖਸ਼ਿਸ਼ ਆ ਤੇ ਅਸੀਂ ਵੀ ਸਿੱਖੀ ਦੀ ਮਰਿਆਦਾ ਦੇ ਵਿੱਚ ਇਹ ਗੱਲ ਬਣ ਦਿੱਤੀ ਹੋਈ ਆ ਕਿ ਜਿੱਦਾਂ ਸਿੱਖ ਦੇ ਪੰਜ ਕਕਾਰ ਆ ਆਪ ਸਿੱਖ ਦੀ ਪੰਜ ਕਕਾਰਾਂ ਦੀ ਬਹੁਤ ਗੱਲ ਕੀਤੀ ਨਾ ਜੀ ਸਿੱਖ ਉਦੋਂ ਤੱਕ ਪੂਰਨ ਸਿੱਖ ਨਹੀਂ ਜਦ ਤੱਕ ਉਹਦੇ ਕੋਲ ਪੰਜ ਕਕਾਰ ਨਹੀਂ ਜੀ ਇਹ ਨਹੀਂ ਕਿ ਉਹ ਜੇ ਪੰਜ ਕਕਾਰਾਂ ਤੋਂ ਬਗੈਰ ਵੀ ਉਹ ਸਿੱਖ ਸਤਗੁਰੂ ਦਾ ਸਿੱਖ ਬਿਲਕੁਲ ਗੁਰੂ ਨਾਨਕ ਦੀ ਸਿੱਖੀ ਜਿਹੜੀ ਹੈਗੀ ਆ ਜੀ ਸਿੱਖ ਹੈ ਪਰ ਸਿੱਖ ਸਤਿਗੁਰੂ ਨੇ ਪੰਜ ਕਕਾਰੀ ਸ਼ਸ਼ਤਰਤਾਰੀ ਸਿੱਖ ਦੀ ਗੱਲ ਕਹੀ ਆ ਜਿਹੜੀ ਮਰਦੀ ਦਿੱਤੀ ਅਮਰ ਸ਼ਕਨ ਤੋਂ ਬਾਅਦ ਚ ਸੋ ਸਿੱਖ ਪੂਰਨ ਸਿੱਖ ਜਿਹੜਾ ਮੈਂ ਸ਼ਬਦ ਤਾਂ ਪੂਰਨ ਨਾਲ ਵਰਤ ਲਿਆ ਹੈਗਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਸਿੱਖ ਦੀ ਸਿਰਜਣਾ ਕੀਤੀ ਆ ਉਹ ਪੂਰਨ ਸਿੱਖ ਪੰਜ ਕਕਾਰੀ ਸਿੱਖ ਚਾਹੀਦਾ ਆ ਪਰ ਮੈਂ ਇਦਾਂ ਨਹੀਂ ਕਹਿੰਦਾ ਸਾਡੀ ਤਾਂ ਹੁਣ ਸਹੀ ਤਾਰੀ ਸਿੱਖਾਂ ਦੀ ਪਰੰਪਰਾ ਚੱਲੀ ਹੋਈ ਆ ਹੈਗੀ ਆ ਸਾਡੇ ਚ ਮੈਂ ਤਾਂ ਇਸ ਗੱਲ ਨੂੰ ਦਾਅਵੇ ਨਾਲ ਕਹਿੰਦਾ ਕਿ ਉਦਾਸੀ ਸੰਪਰਦਾ ਵੀ ਸਿੱਖਾਂ ਦਾ ਹਿੱਸਾ ਆ ਨਿਰਮਲੇ ਵੀ ਸਿੱਖਾਂ ਦਾ ਹਿੱਸਾ ਹਿੱਸਾ ਆ ਔਰ ਮੈਂ ਇਹ ਗੱਲ ਕਹਿੰਦਾ ਵੀ ਉਹਨਾਂ ਨੂੰ ਸੰਪਰਦਾਵਾਂ ਨੂੰ ਸਤਿਗੁਰੂ ਨੇ ਨਾਲ ਨਾਲ ਤੋੜਿਆ ਆਇਆ ਸਤਿਗੁਰੂ ਨੇ ਧੱਕੇ ਮਾਰ ਕੇ ਦੂਰ ਨਹੀਂ ਕੀਤਾ ਸਤਿਗੁਰੂ ਨੇ ਸਗੋਂ ਜਿਹੜੇ ਦੂਰ ਗਏ ਹੋਏ ਸੀ ਬੇਸ਼ੱਕ ਉਹ ਰਾਮਰਾਏ ਦੂਰ ਗਿਆ ਸੀ ਉਹਨੂੰ ਵੀ ਨਾਲ ਲੈਂਦਾ ਬੇਸ਼ੱਕ ਉਹ ਪ੍ਰਿਥੀ ਬਾਮਾ ਪ੍ਰਿਥੀ ਚਾਹੁੰਦੇ ਵੱਖਰੀ ਗੱਦੀ ਲਾਉਣੀ ਸ਼ੁਰੂ ਕੀਤੀ ਮਿਹਰਬਾਨੇ ਆਪਾਂ ਪਿਛਲੇ ਐਪੀਸੋਡ ਵਿੱਚ ਕਿੰਨੀ ਅਜੀ ਜ਼ਿਕਰ ਕੀਤਾ ਉਹਨਾਂ ਦਾ ਮਿਹਰਬਾਨ ਦੇ ਗਾਂ ਪੁੱਤਰਾਂ ਨੂੰ ਹਰਜੀ ਦੇ ਪੁੱਤਰਾਂ ਨੂੰ ਕਾਲ ਸੋਡੀਰਾਂ ਨੂੰ ਸਾਰਿਆਂ ਨੂੰ ਸਤਿਗੁਰੂ ਨੇ ਨਾਲ ਜੋੜਿਆ ਆ ਕੇ ਜੁੜੇ ਆ ਅਰਥਾਤ ਗੁਰੂ ਜੁੜਿਆ ਸਤਗੁਰੂ ਕਿਸੇ ਨੂੰ ਤੋੜਿਆ ਨਹੀਂ ਸਤਗੁਰੂ ਜੋੜਨਾ ਜਾਣਦੇ ਔਰ ਸਤਗੁਰੂ ਨੇ ਪਿੰਡ-ਬਿੜੇ ਘੁੰਮ ਕੇ ਜੋੜਿਆ ਆ ਸਾਰਾ ਜਿਹੜਾ ਪ੍ਰਚਾਰ ਚੱਲ ਰਿਹਾ ਹੈਗਾ ਮਾਲਵੀ ਧਰਤੀ ਤੇ ਜੋੜਨ ਦੀ ਜਿਹੜੀ ਗੱਲ ਚੱਲ ਰਹੀ ਹੈ ਜਿਹੜਾ ਪ੍ਰਸੰਗ ਚੱਲ ਰਿਹਾ ਆ ਇਹ ਜੋੜਨ ਦਾ ਹੀ ਪ੍ਰਸੰਗ ਚੱਲ ਰਿਹਾ ਆ ਔਰ ਆ ਜਿਹੜੇ ਦੀਵਾਨੇ ਸਾਧੂ ਸਤਗੁਰੂ ਇਹਨਾਂ ਨੂੰ ਜੋੜਿਆ ਮਗਾ ਜਾਂ ਗੱਲ ਕਰਦਾ ਹੈ ਜੀ ਪਰ ਸਤਗੁਰੂ ਕਹਿੰਦੇ ਵੀ ਸਾਡੇ ਜਿੱਦਾਂ ਸਿੱਖ ਦੇ ਪੰਜ ਕਕਾਰ ਆ ਪੂਰਨ ਸਿੱਖੀ ਦੇ ਉਦਾਂ ਜਿਹੜੇ ਸਿੱਖ ਦੀਵਾਨ ਪੂਰਨ ਸਿੱਖ ਦੀਵਾਨ ਹੋਣਗੇ ਹਾਂਜੀ ਉੱਥੇ ਮੈਂ ਪੂਰਨ ਕਹਿੰਦੇ ਉਦਾਂ ਨਹੀਂ ਕਿ ਪਰ ਸਤਗੁਰ ਕਹਿੰਦੇ ਜਿਹੜਾ ਪੂਰਨ ਸਿੱਖ ਦੀਵਾਨ ਹੋਊਗਾ ਉਹਦੇ ਪੰਜ ਕਕਾਰ ਆ ਠੀਕ ਹੈ ਜਿੱਦਾਂ ਸਿੱਖ ਦੇ ਪੰਜ ਕਕਾਰ ਆ ਨਾ ਹਾਂਜੀ ਉਹਦਾ ਗੁਰਦੁਆਰੇ ਦੇ ਜਾਂ ਪੂਰਨ ਸਿੱਖ ਦੀਵਾਨ ਦੇ ਵੀ ਪੰਜ ਕਕਾਰ ਹੈਗੇ ਆ ਉਹਦੇ ਵਿੱਚ ਕਹਿੰਦੇ ਕਿਹੜੇ ਕਿਹੜੇ ਸਤਗੁਰ ਜੀ ਉਹ ਕਿਹੜੇ ਕਿਹੜੇ ਕੋ ਪਛੱਕਦੇ ਪੰਜ ਕਕਾਰਾਂ ਬਾਰੇ ਤਾਂ ਪਤਾ ਆ ਪਤਾ ਹਾਂਜੀ ਹਾਂਜੀ ਸਾਰੇ ਪਤਾ ਪਰ ਗੁਰਦੁਆਰੇ ਦੇ ਜਾਂ ਸਿੱਖ ਦੀਵਾਨ ਦੇ ਪੂਰਨ ਸਿੱਖ ਦੀਵਾਨ ਜਿਹੜਾ ਹੋਊਗਾ ਸਿੱਖ ਸਮਾਗਮ ਉਹਦੇ ਪੰਜ ਕਕਾਰ ਕਿਹੜੇ ਕਿੜਿਆ ਸਤਗੁਰ ਕਹਿੰਦੇ ਵੀ ਜੇ ਸਿੱਖ ਦੀਵਾਨ ਹੋਊਗਾ ਉੱਥੇ ਗੁਰਬਾਣੀ ਦਾ ਕੀਰਤਨ ਜ਼ਰੂਰ ਹੋਣਾ ਚਾਹੀਦਾ ਠੀਕ ਉਦੀ ਰੰਭਤਾ ਹੀ ਕੀਰਤਨ ਨਾਲ ਹੋਣੀ ਚਾਹੀਦੀ ਆ ਪਹਿਲਾ ਕੀਰਤਨ ਇੱਕ ਇੱਕ ਕਰ ਹੋ ਗਿਆ ਜੀ ਕੀਰਤਨ ਦੂਜਾ ਫਿਰ ਕੀਰਤਨ ਨਾ ਰਹਿ ਜਾਵੇ ਕੰਨ ਦਾਸ ਲਈ ਨਾ ਹੋਵੇ ਕੀਰਤਨ ਰਾਗ ਚ ਗਾ ਲਿਆ ਸਾਰਾ ਕੁਝ ਲੋਕਾਂ ਨੂੰ ਸਮਝ ਆਈ ਨਹੀਂ ਤੁਸੀਂ ਤਾਂ ਤਾਂ ਸੰਗੀਤ ਪ੍ਰਧਾਨ ਹੋਵੇ ਇਕੱਲਾ ਕੀਰਤਨ ਨਾ ਹੋਵੇ ਜਿਹੜੇ ਸ਼ਬਦ ਦਾ ਕੀਰਤਨ ਗੁਰਬਾਣੀ ਦਾ ਕੀਤਾ ਜਾਵੇ ਕੀਰਤਨ ਦੀ ਕਥਾ ਵੀ ਹੋਵੇ ਠੀਕ ਸੋ ਵਿਖਿਆਨ ਨਾਲ ਕਥਾ ਪਾਤੀ ਹਾਂਜੀ ਉਹਦਾ ਵਿਖਿਆਨ ਵੀ ਹੋਵੇ ਕਥਾ ਪਹਿਲਾ ਗਕਾਰ ਸਤਗੁਰ ਕਹਿੰਦੇ ਕੀਰਤਨ ਦੂਜਾ ਕਥਾ ਤੇ ਸਤਗੁਰੂ ਉਹ ਕਹਿੰਦੇ ਸਤਗੁਰ ਤੀਜਾ ਫਿਰ ਸਤਗੁਰੂ ਕਹਿੰਦੇ ਤੀਜਾ ਫਿਰ ਕਮਤਾ ਤੁਸੀਂ ਕੀਰਤਨ ਗੁਰਬਾਣੀ ਦਾ ਕਰਨਾ ਆ ਗੁਰਬਾਣੀ ਰਾਗਾਂ ਚ ਵੀ ਆ ਗੁਰਬਾਣੇ ਦੀ ਜਿਹੜੀ ਤੁਰਕੀਆਈ ਬਾਣੀ ਆ ਉਹਦੀ ਜਿਹੜੀ ਬੋਲੀ ਸ਼ੈਲੀ ਮਹਿੰਗੀ ਆ ਜੀ ਆਮ ਮਨੁੱਖ ਦੇ ਕਈ ਦੀ ਸਮਝ ਨਹੀਂ ਆਉਂਦੀ ਔਰ ਆਮ ਮੁਖ ਕੀ ਕਹੀ ਜਾ ਰਹੀ ਅਸੀਂ ਬੋਲਦੇ ਸਾਨੂੰ ਸ਼ਬਦਾਂ ਦੇ ਅਰਥ ਵਿੱਚੋ ਕਈਆਂ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਸ਼ਬਦ ਅਰਥ ਦੇਖਣਾ ਪੈਂਦਾ ਜਾ ਕੇ ਤੁਹਾਨੂੰ ਸਾਰਾ ਕੁਝ ਜਿਹੜੇ ਬੰਦੇ ਪ੍ਰਚਾਰ ਦੀ ਦੁਨੀਆ ਚ ਵੀ ਆ ਉਹ ਸਿੱਧੇ ਸਿੱਧੇ ਜੇ ਕਹੇ ਤੋ ਗੁਰਬਾਣੀ ਅਗਾਧ ਬੋਧ ਆ ਆਪਾਂ ਐਸੀ ਕਰਕੇ ਕਿੰਨੇ ਗੁਰਬਾਣੀ ਦੇ ਸਾਰੇ ਸਮਝੇ ਵੀ ਜਾ ਸਕਦੇ ਭਾ ਵਰਤੀ ਵੀ ਸਾਰੇ ਨਹੀਂ ਸਮਝੇ ਜਾ ਸਕਦੇ ਕਿਉਂਕਿ ਗੁਰਬਾਣੀ ਹੈ ਹੀ ਅਗਾਧ ਬੋਧ ਬੰਦੇ ਦੀ ਸਮਝ ਤੋਂ ਬਹੁਤ ਉੱਤੇ ਆ ਪਰ ਮੁਨੋਖਰੂ ਨਾਲ ਤੋਰਨ ਦੇ ਲਈ ਉਹਨੂੰ ਸਮਝਦੇ ਨਹੀਂ ਬੜੀ ਜ਼ਰੂਰੀ ਆ ਜਦ ਤੱਕ ਸਮਝੀ ਗੁਰੂ ਸ਼ੁਰੂ ਆ ਗਦਾ ਤੇ ਉਹਨੂੰ ਫਿਰ ਕਪਤਾ ਦਾ ਕਪਣਾ ਅਰਥ ਹੁੰਦਾ ਗੁਰਬਾਣੀ ਵੀ ਕਪਤਾ ਗੁਰਬਾਣੀ ਦਾ ਕੀਰਤਨ ਚਾਹੀਦਾ ਗੁਰਬਾਣੀ ਦਾ ਕੀਰਤਨ ਹੋਵੇ ਉਹਦੀ ਵਿਆਖਿਆ ਵੀ ਹੋਵੇ ਉਹਦੀ ਸਮਝ ਵੀ ਆਵੇ ਪਰ ਉਹਨੂੰ ਬਿਲਕੁਲ ਉਹ ਹਿਰਦੇ ਤੇ ਜਾ ਕੇ ਵੱਜੇ ਕਿਉਂਕਿ ਜਿਹੜੀ ਵਿਆਖਿਆ ਆ ਕਥਾ ਆ ਉਹ ਦਿਮਾਗ ਦੀ ਗੱਲ ਆ ਜੀ ਜੀ ਉਹਨੇ ਬ੍ਰੇਨ ਤੇ ਅਸਰ ਕਰਨਾ ਆ ਉਹਨੇ ਤੁਹਾਡੇ ਜਿਹੜੀਆਂ ਅਕਲ ਆ ਉਹਦੇ ਚ ਜਾ ਕੇ ਕੰਮ ਕਰਨਾ ਉਹਦੇ ਬ੍ਰੇਨ ਨੂੰ ਜਾ ਕੇ ਚੇਂਜ ਕਰਨਾ ਪਰ ਮਨੁੱਖ ਤੁਰਦਾ ਉਹ ਗੱਲ ਦੇ ਨਾਲ ਆ ਜਿਹੜੀ ਗੱਲ ਉਹਦੇ ਜਜ਼ਬਾਤਾਂ ਨੂੰ ਉਹਦੇ ਬਲਵਲਿਆਂ ਨੂੰ ਉਹਦੇ ਮਨ ਨੂੰ ਉਹਦੇ ਦਿਲ ਨੂੰ ਟੰਪ ਦੇਵੇ ਆਪਾਂ ਕਹਿੰਦਾ ਦਿਲ ਦੀ ਦਿਲ ਤੋਂ ਮੁਰਾਦੀ ਗੱਲ ਤੇ ਕਵਤਾ ਜਿਹੜੀ ਦਿਲ ਤੇ ਸਦਾ ਜਾਗਿਆ ਸਰਕਾਰ ਦੀ ਸਤਗੁਰੂ ਦੇਵੇਂ ਕਵਤਾ ਵੀ ਚਾਹੀਦੀ ਆ ਹੁਣ ਕਵਤਾ ਜਿਹੜੀ ਆ ਉਹਦੇ ਚ ਕਵਤਾ ਵੀ ਆ ਕਵੀ ਕੋਈ ਬੋਲ ਦੇਵੇ ਉਹਦੇ ਚ ਇੱਕ ਵੀ ਸ਼ਰੀ ਵੀ ਆ ਜਾਂਦੀ ਆ ਇਹ ਸਿੱਖ ਦਵਾਨਾ ਚ ਹੋਣੀ ਚਾਹੀਦੀ ਉਹਦੇ ਹੀ ਢਾਡੀ ਵਾਰਾਂ ਦੇ ਢਾਡੀ ਵਾਰਾਂ ਵੀ ਕਵਤਾ ਚ ਹੁੰਦੀ ਆ ਕਵਤਾ ਰੂਪੀ ਕਵਤਾ ਰੂਪ ਜੀ ਹੁੰਦੀ ਆ ਸੋ ਸਤਗੁਰੂ ਨੇ ਤੀਜਾ ਜਿਹੜਾ ਕਕਾਰ ਸਾਡਾ ਕਵਤਾ ਕਹਿੰਦਾ ਗੁਰਦੁਆਰੇ ਚ ਹੋਣਾ ਚਾਹੀਦਾ ਬਿਸ਼ੁਕ ਢਾਡੀ ਵਾਰਾਂ ਦੇ ਰੂਪ ਚ ਹੋਵੇ ਸਿੱਖ ਦਵਾਨ ਦੇ ਵਿੱਚ ਹੋਣਾ ਚਾਹੀਦਾ ਕੀਰਤਨ ਹੋਵੇ ਕਥਾ ਹੋਵੇ ਤੇ ਕਵਤਾ ਹੋਵੇ ਕਵਤਾ ਕਵਤਾ ਦੇ ਰੂਪ ਚ ਵੀ ਹੋ ਸਕਦੀ ਹੈ ਕਵੀ ਕੋਈ ਬੋਲ ਸਕਦਾ ਆ ਕਵਤਾ ਗੀਤ ਦੇ ਰੂਪ ਚ ਵੀ ਹੋ ਸਕਦੀ ਆ ਕੋਈ ਗੀਤ ਬੋਲ ਸਕਦਾ ਕੋਈ ਗਾ ਸਕਦਾ ਆ ਔਰ ਕਵਤਾ ਜਿਹੜੀ ਆ ਉਹ ਕਵਿਸ਼ਰੀ ਦੇ ਰੂਪ ਚ ਹੋ ਸਕਦੀ ਆ ਕਵਤਾ ਜਿਹੜੀ ਤੁਹਾਡੀ ਵਾਰਾਂ ਦੇ ਰੂਪ ਚ ਵੀ ਹੋ ਸਕਦੀ ਪਰ ਕਵਤਾ ਜਿਹੜੀ ਆ ਉਹ ਕਿਸੇ ਦੀਵਾਨ ਚ ਹੋਣੀ ਬੜੀ ਜ਼ਰੂਰੀ ਆ ਜਿਸ ਰੂਪ ਚ ਤੁਸੀਂ ਸੁਭਦਾ ਹੋਵੇ ਉਹ ਪਾ ਲਈ ਜਾਵੇ ਸਤਿਗੁਰੂਆਂ ਖੁਸ਼ੀਆਂ ਲੈਣ ਦੇ ਸਤਿਗੁਰੂ ਚੌਥਾ ਗਕਾਰਫੀ ਕੀ ਹੋਇਆ ਕੀਰਤਨ ਹੋ ਗਿਆ ਕਥਾ ਹੋ ਗਈ ਕਵਤਾ ਆ ਗਈ ਸੁਖ ਤੇ ਬੁੱਧ ਨੂੰ ਦੋਨੇ ਜੁੜ ਕੇ ਪੁੱਛਿਆ ਸਤਿਗੁਰੂ ਜੀ ਨੇ ਇੱਕੜਾ ਉਹ ਜਿੱਥੇ ਕੜਾ ਪ੍ਰਸ਼ਾਦ ਨਹੀਂ ਤੇ ਹਾਵਲ ਦਾ ਉਹ ਵੀ ਇੱਕ ਮਰਿਆਦਾ ਦੇ ਮੁਤਾਬਕ ਜੀ 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 ਆਪਾਂ ਪਿਛਲੇ ਦੀ ਗੱਲ ਕੀਤੀ ਸ਼ਬਦਨਾਮ ਦੁਬਾਰਾ ਕਰੀਏ ਤਿੰਨ ਚੀਜ਼ਾਂ ਬਰਾਬਰ ਮਿਲਾ ਕੇ ਤੇ ਹਾਵਲ ਦਾ ਕੜਾ ਪ੍ਰਸ਼ਾਦ ਜਿਹੜਾ ਗੁਰੂ ਨਾਨਕ ਨੇ ਕਹਿੰਦੇ ਵੀ ਸੱਚਖੰਡ ਤੋਂ ਲੈ ਕੇ ਆਇਆ ਸੀ ਗੁਰੂ ਨਾਨਕ ਸਾਹਿਬ ਜੀ ਤੇ ਉਹ ਕੜਾ ਪ੍ਰਸ਼ਾਦ ਬਗਦਾਦ ਦੀ ਸਾਖੀ ਨਾਲ ਆ ਔਰ ਇਹੀ ਕੜਾ ਪ੍ਰਸ਼ਾਦ ਤੇ ਹਾਵਲ ਦਾ ਜਿਹੜਾ ਸੀ ਸਤਗੁਰੂ ਨੇ ਅੰਮ੍ਰਿਤਸਰ ਦੀ ਧਰਤੀ ਤੇ ਬੈਠ ਕੇ ਜਿੱਥੇ ਹਰਿਮੰਦਰ ਆ ਇੱਥੇ ਬੈਠ ਕੇ ਪਹਿਲੀ ਇਹ ਵੀ ਵਰਤਾਇਆ ਸੀ ਸਾਡੀ ਜਨਮ ਸਾਖੀ ਦੇ ਮੁਤਾਬਕ ਤੁੰਗ ਪਿੰਡ ਦੀ ਜ਼ਗੀਰ ਸੀ ਉੱਥੇ ਬੈਠ ਕੇ ਤੇ ਉਹ ਤਹਾਵਲ ਦਾ ਪ੍ਰਸ਼ਾਦ ਜਿਹੜੀ ਗੁਰਨਾਨ ਦੇਵ ਜੀ ਨੇ ਮਰਿਆਦਾ ਸ਼ੁਰੂ ਕੀਤੀ ਸਿੱਖ ਦੀਵਾਨ ਜਿੱਥੇ ਹੋਊਗਾ ਉੱਥੇ ਕੜਾ ਪ੍ਰਸ਼ਾਦ ਜ਼ਰੂਰ ਬਟਾਇਆ ਜਾਊਗਾ ਜੀ ਜੀ ਯਾਨੀ ਇਹ ਵੱਖਰੀ ਤਰ੍ਹਾਂ ਦਾ ਜਿੱਦਾਂ ਵੱਖ-ਵੱਖ ਦੇਵੀ ਦੇਵਤਿਆਂ ਦੇ ਵੱਖਰੇ ਵੱਖਰੇ ਪ੍ਰਸ਼ਾਦ ਕਿਸੇ ਦੇ ਲੱਡੂਆਂ ਦਾ ਆ ਹਾਂਜੀ ਹਾਂਜੀ ਕਿਸੇ ਦਾ ਚੂਰਮੇ ਦਾ ਹਾਂਜੀ ਹਾਂਜੀ ਯਾਨੀ ਕਿਸੇ ਦਾ ਪੰਜੀਰੀ ਦਾ ਆ ਇਹ ਵੱਖ-ਵੱਖ ਹੈਗੇ ਆ ਪਰ ਸਿੱਖ ਦੀਵਾਨਾਂ ਦਾ ਜਿਹੜਾ ਆ ਵਿਲੱਖਣ ਦਾ ਸਿੱਖਾਂ ਦੀ ਆ ਇਹ ਕੜਾ ਪ੍ਰਸ਼ਾਦ ਆ ਤੁਸੀਂ ਉਦਾਂ ਵੀ ਕੀ ਇਹਦੇ ਆਪਾਂ ਪਤਾਸਾ ਵੀ ਦੇ ਦਿੰਨੇ ਆ ਮਿਸ਼ਰੀ ਵੀ ਦੇ ਦਿੰਨੇ ਆ ਉਹ ਚਲੋ ਕਈ ਵਾਰੀ ਸੰਤ ਮਾਹਪੁਰ ਚ ਵੇਚਦੇ ਡਰਾਈ ਫਰੂਟ ਵੀ ਦੇ ਦਿੰਦੇ ਆ ਪਰ ਉਹਨਾਂ ਦੀ ਆਪਣੀ ਆਪਣੀ ਗੱਲ ਪਰ ਕੜਾ ਪ੍ਰਸ਼ਾਦ ਸਿੱਖ ਦੀਵਾਨ ਦਾ ਅੰਗ ਆ ਕਕਾਰ ਇੱਕ ਕਕਾਰ ਹੈਗਾ ਆ ਕੀਰਤਨ ਕਥਾ ਕਵਿਤਾ ਕੜਾ ਪ੍ਰਸ਼ਾਦ ਤੇ ਸਤਿਗੁਰੂ ਜੀ ਪੰਜਵਾਂ ਪੰਜ ਕਕਾਰ ਤੁਸੀਂ ਆਖਿਆ ਤੇ ਸਤਿਗੁਰੂ ਕਹਿੰਦੇ ਕਟਸ਼ਾ ਕਟਸ਼ਾ ਦਾ ਮਤਲਬ ਹੈ ਲੰਗਾ ਜੀ ਜੀ ਕਿ ਜਿੱਥੇ ਸਿੱਖ ਦੀਵਾਨ ਹੋਊਗਾ ਉੱਥੇ ਕੜਸ਼ਾ ਵੀ ਚੱਲੂਗਾ। ਔਰ ਦੁਨੀਆਂ ਭਰ ਦੇ ਵਿੱਚ ਇਹ ਗੱਲ ਮੰਨੀ ਗਈ ਆ ਕਿ ਜਿੱਥੇ ਗੁਰਦੁਆਰਾ ਆ ਜਿੱਥੇ ਸਿੱਖ ਦੀਵਾਨ ਲੱਗਦੇ ਆ ਉੱਥੇ ਕੜਸ਼ਾ ਜ਼ਰੂਰ ਚੱਲਦਾ ਫਿਰ ਉੱਥੇ ਲੰਗਰ ਜ਼ਰੂਰ ਚੱਲਦਾ ਔਰ ਲੰਗਰ ਦੀ ਗੱਲ ਤਾਂ ਇਹ ਕੜਸ਼ੇ ਵਾਲੀ ਗੱਲ ਤਾਂ ਏਡੀ ਵੱਡੀ ਹੋ ਗਈ ਆ ਕਿ ਸਿੱਖਾਂ ਨੇ ਦੁਨੀਆਂ ਮੋਲੀ ਇਹਦੇ ਨਾਲ। ਹਾਂਜੀ ਹਾਂਜੀ। ਔਰ ਸਿੱਖਾਂ ਨੇ ਗੱਲ ਕੀਤੀ। ਪਰ ਮੈਂ ਇਹ ਗੱਲ ਕਹਿੰਦਾ ਵੀ ਕੜਸ਼ੇ ਦੀ ਗੱਲ ਵੱਡੀ ਹੋ ਗਈ ਆ ਚਲੋ ਖਰਾ ਪ੍ਰਸ਼ਾਦ ਵੀ ਹਰ ਦੀਵਾਨ ਦੇ ਵਿੱਚ ਹੁੰਦਾ ਕੀਰਤਨ ਵੀ ਹੁੰਦਾ ਆ। ਕਥਾ ਵਿਗਿਆਨ ਨਹੀਂ ਹੁਣ ਹੋਣਾ ਥੋੜੇ ਥੋੜੇ। ਪਰ ਅਸੀਂ ਕਮਤਾ ਥੋੜੀ ਪਿਛ ਸੋ ਸਤਗੁਰੂ ਦੀਆਂ ਖੁਸ਼ੀਆਂ ਲੈਣ ਦੇਦੀ ਇਹ ਜਦੋਂ ਅਸੀਂ ਸਿੱਖ ਦੀਵਾਨ ਲਾਇਆ ਕਰੀਏ ਇਹ ਪੰਜ ਕਕਾਰ ਉਹਦੇ ਪੂਰੇ ਕਰਿਆ ਕਰੀਏ ਜਿਹਦਾ ਸਿੱਖ ਪੂਰਨ ਸਿੱਖ ਬੰਦਾ ਪੰਜ ਕਕਾਰ ਨਾਲ ਜੀ ਜੀ ਸਿੱਖ ਸਿੱਖ ਹੈ ਹਾਂਜੀ ਸਿੱਖ ਕਰਾਂ ਜੀ ਜੰਮੇ ਵੀ ਸਿੱਖ ਹੈ ਨਾ ਸਿੱਖ ਹਾਂਜੀ ਸਿੱਖ ਪਰ ਜੇ ਸਿੱਖ ਨੇ ਪੂਰਨ ਸਿੱਖ ਬੰਨਾ ਆ ਗੁਰੂ ਦੇ ਦਰ ਤੇ ਪੂਰੀ ਤਰ੍ਹਾਂ ਪ੍ਰਵਾਨ ਹੋਣਾ ਆ ਤੇ ਫਿਰ ਉਹਨੂੰ ਪੰਜ ਕਕਾਰ ਹੀ ਹੋਣਾ ਪੈਣਾ ਆ ਇਹ ਗੁਰੂ ਦੇ ਆਪਣੇ ਬਚਨ ਆ ਜੀ ਤੇ ਸਤਗੁਰੂ ਨੇ ਕਿਹਾ ਮੈਨੂੰ ਪੰਜ ਕਕਾਰਾਂ ਤੋਂ ਬਿਨਾ ਦਰਸ਼ਨ ਨਾ ਦਿਓ ਜਦੋਂ ਮਿਲ ਜੇ ਸਤਗੁਰੂ ਕੀਤੇ ਦਰਸ਼ਨਾਂ ਦੇ ਤਾਂ ਸਤਗੁਰੂ ਨੇ ਤੁਹਾਨੂੰ ਪੰਜ ਗਕਾਰਾਂ ਤੋਂ ਬਿਨਾ ਪੂਰਨ ਸਿੱਖੀ ਵਾਲੀ ਗੱਲ ਜਿਹੜੀ ਸਤਗੁਰ ਨੇ ਕਰ ਦਿੱਤੀ ਆ ਇਹ ਬੜੀਆਂ ਸਾਡੇ ਵਿੱਚ ਕੁਝ ਉਨਤਾਈਆਂ ਆਈਆਂ ਕੁਝ ਅਸੀਂ ਗੱਲ ਸਮਝਣ ਤੋਂ ਵੀ ਸਮਰੱਥ ਨਹੀਂ ਰਹੇ ਸਾਡੀਆਂ ਲੋੜਾਂ ਸੀ ਤੇ ਇਦਾਂ ਹੀ ਪੰਜ ਗਕਾਰ ਜਿਹੜੇ ਆ ਇਹ ਗੁਰਦੁਆਰਿਆਂ ਦੀ ਵੀ ਹੈਗੇ ਆ ਸੋ ਸਤਗੁਰ ਨੇ ਸੁਖੂ ਤੇ ਬੁੱਧੂ ਨੂੰ ਇਹ ਗੱਲ ਸਮਝਾਉਣੀ ਕੀਤੀ ਹਾਂਜੀ ਤੇ ਨਾਲ ਹੀ ਕਿ ਸਤਗੁਰ ਸੁਖੂ ਬੁੱਧੂ ਤੁਸੀਂ ਜਿੰਨੇ ਪਿਆਰ ਨਾਲ ਗੱਲ ਸੁਣੀ ਜਿੱਦੀ ਪਿਆਰੀ ਤੁਸੀਂ ਕਫਤਾ ਸਦਾਈ ਆ ਜੀ ਜੀ ਅਸੀਂ ਕਫਤਾ ਤੁਹਾਡੀ ਤੇ ਬਹੁਤ ਖੁਸ਼ ਆ ਅਧਿਆਤਮਿਕਤਾ ਦੀ ਗੱਲ ਕੀਤੀ ਲੋਕਾਂ ਦੀ ਬੋਲੀ ਚ ਕੀਤੀ ਆ ਜੀ ਔਰ ਗੁਰੂ ਤਰੁਠਾ ਦਾ ਜੇ ਮੰਗ ਲਿਓ ਜਵਾਨ ਸੁਖਬੁੱਧ ਨੂੰ ਗਿਆ ਹੁਣ ਸੁਖਬੁੱਧ ਨੇ ਆਥੀ ਜਿਓੜਤੇ ਆ ਤੇ ਉਹਨਾਂ ਦੇ ਮੂੰਹ ਤੋਂ ਨਿਕਲੀ ਦੋਵਾਂ ਦੇ ਮੂੰਹ ਕੱਠੀ ਬਾਜ ਨਿਕਲੀ ਸਤਗੁਰੂ ਜੀ ਜੀ ਜਿਤ ਰੁਠੇ ਆਣਾ ਹਾਂਜੀ ਤੇ ਫਿਰ ਕਹਿੰਦੀ ਆ ਮੰਗ ਪੂਰੀ ਕਰੋਗੇ ਸਤਗੁਰੂ ਜੀ ਨੇ ਹੁਣ ਗੁਰੂ ਤਰੁਠਾ ਆ ਗੁਰੂ ਨੇ ਕਹਤਾ ਜੋ ਮੰਗੋਗੇ ਤਤਕਾਲ ਮਿਲੇਗਾ ਗੁਰੂ ਗੁਰਨਾਨਕ ਦਾ ਦਰ ਸਮਰਾਥ ਆ ਉਹ ਕਹਿੰਦੇ ਸਤਗੁਰੂ ਜੀ ਫਿਰ ਸਾਡੇ ਨੇ ਅਸੀਂ ਸੁਣਿਆ ਹਾਂਜੀ ਕਿ ਤੁਸੀਂ ਜਦੋਂ ਮਾਸ਼ੀਵਾੜੇ ਤੋਂ ਆਏ ਸੀਗੇ ਬਾਹਰ ਜੀ ਜੀ ਤੁਸੀਂ ਉੱਚਦੇ ਪੀਰ ਦੇ ਰੂਪ 'ਚ ਬੈਠੇ ਸੀਗੇ ਹਾਂਜੀ ਉੱਚਦੇ ਪੀਰ ਉਹ ਇੱਕ ਵੱਖਰੀ ਸੰਪਰਦਾ ਜੀ 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 ਤੁਹਾਡਾ ਸਰੂਪ ਬਿਲਕੁਲ ਵੱਖਰਾ ਹੈ ਵੱਖਰਾ ਹਾਂਜੀ ਪਰ ਤੁਸੀਂ ਉਹ ਸਰੂਪ ਧਾਰਨ ਕਰ ਰਿਹਾ ਸੀਗਾ ਅਸੀਂ ਦਵਾਨਿਆਂ ਦੀ ਸੰਪਰਦਾ ਸਾਡੀ ਜੀ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉੱਚਦੇ ਪੀਰ ਦੇ ਰੂਪ 'ਚ ਉਸੇ ਰੂਪ ਦੇ ਵਿੱਚ ਉਸੇ ਸਰੂਪ ਦੇ ਵਿੱਚ ਉਸੇ ਰੰਗ ਦੇ ਵਿੱਚ ਸਾਨੂੰ ਦਰਸ਼ਨ ਦਿਓ ਦਵਾਨਾ ਠੀਕ ਹੈ ਅਸੀਂ ਤਾਂ ਉਸ ਰੰਗ 'ਚ ਵੀ ਦੇਖਣਾ ਦੇਖਣਾ ਚਾਹੁੰਦੇ ਹਾਂ ਹਾਂਜੀ ਤਾਂ ਕਿ ਪਤਾ ਲੱਗੇ ਕਿ ਗੁਰੂ ਸਾਰਿਆਂ ਦਾ ਆ ਜੀ ਅਸੀਂ ਦੇਖਣਾ ਚਾਹੁੰਦੇ ਹਾਂ ਉਸ ਰੰਗ ਕਿਦਾਂ ਦਾ ਲੱਗਦਾ ਗੁਰੂ ਸਾਡਾ ਉੱਚ ਦੇ ਰੂਪ ਵਿੱਚ ਕਿਦਾਂ ਦਾ ਲੱਗਦਾ ਹਾਂਜੀ ਅਸੀਂ ਉਹ ਦੇਖਣਾ ਚਾਹੁੰਦੇ ਹਾਂ ਤੇ ਸਤਿਗੁਰੂ ਨੇ ਉਹਨਾਂ ਨੂੰ ਕਿਹਾ ਕਿ ਸੁਖੂ ਤੇ ਬੁੱਧੂ ਤੁਹਾਡੀ ਗੱਲ ਮੰਨੀ ਪਰ ਤੁਹਾਨੂੰ ਵੀ ਹੁਣ ਸਾਡੀ ਗੱਲ ਮੰਨੀ ਪਣੀ ਆ ਜੀ ਬਈ ਅਸੀਂ ਤੁਹਾਡੇ ਕਹਿਣ ਤੇ ਉੱਚ ਦੇ ਪੀਰ ਦੇ ਰੂਪ ਵਿੱਚ ਤੁਹਾਨੂੰ ਦਰਸ਼ਨ ਦਿੰਦੇ ਆ ਹਾਂਜੀ ਪਰ ਤੁਹਾਨੂੰ ਆ ਤੁਸੀਂ دیਵਾਨਿਆਂ ਵਾਲਾ ਭੇ ਛੱਡ ਕੇ ਸਿੱਖੀ ਵਾਲਾ ਸਰੂਪ ਧਾਰਨ ਕਰੋ ਤੁਸੀਂ ਤੁਸੀਂ ਵੀ ਸਾਬ ਸੂਤ ਤੋਂ ਬਾਅਦ ਠੀਕ ਹੈ ਤੁਸੀਂ ਆਪਣੀ ਸੰਪਰਦਾਇ ਜਿਹੜੀ ਆ ਨਾ ਉਹਨੂੰ ਸਾਬਦ ਸੂਰਤ ਸਰੂਪ ਦੇ ਦਿਓ ਤੇ ਇਹ ਚਾਹੀਦਾ ਆ ਕਿ ਕਿ ਗੁਰੂ ਦੀ ਬਖਸ਼ਿਸ਼ ਜਿਹੜੀ ਆ ਸਾਬਦ ਸੂਰਤ ਸਰੂਪ ਦੇ ਉੱਤੇ ਆ। ਗ੍ਰੰਥਾਂ 'ਚ ਗੀਆਂ। ਤੁਸੀਂ ਵੀ ਪੰਜ ਕਕਾਰੀ ਤੇ ਸ਼ਸ਼ਤਰਧਾਰੀ ਬਣੋ ਇਸ ਸਮੇਂ ਦੀਆਂ ਲੋੜਾਂ ਵੀ ਆ, ਇਹ ਅਧਿਆਤਮਿਕਤਾ ਦੀਆਂ ਲੋੜਾਂ ਵੀ ਹੈਗੀਆਂ ਆ। ਹਾਲੇ ਕਿ ਉਹ ਸਾਧੂ ਸੀਗੇ। ਹਾਂਜੀ। ਜੁੜੀਆਂ ਹੋਈਆਂ ਵਰਤیاں ਵਾਲੇ ਸੀਗੇ ਔਰ ਮੈਂ ਸੋਚਦਾ ਵੀ ਕਿੰਨੇ ਕੂੰ ਸਬਰ ਵਾਲੇ ਹੋਣਗੇ ਜਦੋਂ ਸਤਿਗੁਰੂ ਕਿਹਾ ਜੋ ਮੰਗੋ ਮੰਗ ਬਲੂਆ ਤੇ ਉਹਨਾਂ ਨੇ ਕੀ ਮੰਗਿਆ? ਸਤਿਗੁਰੂ ਦਰਸ਼ਨ ਮੰਗੇ ਇੱਕ ਵੱਖਰੇ। ਜੀ। ਔਰ ਇੱਕਦੂ ਇਦੂ ਵੱਡਾ ਸਮਰਥਿਤਕ ਨਹੀਂ ਹੋ ਸਕਦਾ ਤੇ ਸਤਿਗੁਰੂ ਫਿਰ ਉਹਨਾਂ ਦੀ ਸ਼ਰਧਾ ਉਹ ਕਹਿੰਦੇ ਸਤਿਗੁਰ ਜੀ ਅਸੀਂ ਤਾਂ ਤੁਹਾਡੇ ਹੋ ਹੀ ਗਏ ਆ ਜਿਹੜਾ ਮਰਜੀ ਰੂਪ ਦੇ ਲੋ ਤੁਹਾਡੇ ਹੀ ਆ ਅਸੀਂ ਤਾਂ ਮਰ ਕੇ ਜਿਵੇਂ ਆ ਅਸੀਂ ਤਾਂ ਆਏ ਸੀ ਤੁਹਾਡੇ ਚਰਨਾਂ ਦੇ ਵਿੱਚ ਤੁਸੀਂ ਤਾਂ ਮੈਂ 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 ਹੰਦੂ ਆ ਨਾ ਮੌਿਆਂ ਨੂੰ ਜ਼ਿੰਦਾ ਕੀਤਾ ਤੁਸੀਂ ਕਈ ਤਾਂ ਲਾਸ਼ਾਂ ਬਣ ਕੇ ਆਏ ਸੀ ਇੱਕ ਤਰ੍ਹਾਂ ਦੇ ਪਰ ਤੇ ਸਰ ਕੇ ਤੁਸੀਂ ਜੋ ਵੀ ਰੂਪ ਦਿਓਗੇ ਅਸੀਂ ਤੁਹਾਡੇ ਆ ਸੋ ਸਤਿਗੁਰ ਨੇ ਉਹਨਾਂ ਦੀ ਗੱਲ ਮੰਨੀ ਹਾਂਜੀ ਸਤਿਗੁਰੂ ਉੱਚ ਦੇ ਪੀਰ ਦੇ ਰੂਪ 'ਚ ਨੀਲੇ ਵਸਤਰ ਪਹਿਨੇ ਸਤਿਗੁਰ ਨੇ ਠੀਕ ਉਦਾਂ ਹੀ ਬਿਲਕੁਲ ਉਹ ਰੂਪ ਬਣਾਇਆ ਸਤਿਗੁਰੂ ਪਲੰਘ ਦੇ ਉੱਤੇ ਬੈਠ ਗਿਆ ਤੇ ਕਹਿੰਦੇ ਦੱਸੋ ਹੁਣ ਕੀ ਸਖੋਦੇ ਬੁੱਧੂ ਦਰਸ਼ਨ ਕਰ ਲੈ ਉਹ ਕਹਿੰਦਾ ਨਹੀਂ ਜੀ ਅਸੀਂ ਤੁਹਾਨੂੰ ਜਿੱਦਾਂ ਨਵੀ ਖਾਂ ਦੇ ਗਰੀਦਾਂ ਚੱਕਿਆ ਅਸੀਂ ਵੀ ਚੱਕਣਾ ਹੈ ਠੀਕ ਹੈ ਇਹ ਥੋੜਾ ਵੀ ਉਹ ਸਿਗੇ ਦੂਜੇ ਧਰ ਮਾਰੇ ਉਹ ਲੱਗਾ ਬਖਸ਼ਿਸ਼ ਅਸੀਂ ਵੀ ਸਾਡੀ ਸੰਪਰਦਾਇ ਵਿੱਚ ਬਖਸ਼ਿਸ਼ ਲੈ ਲੈਂਦੇ ਸਾਡੀ ਤੇ ਇਹਨਾਂ ਨੇ ਫੇਰ ਪਲੰਘ ਤੇ ਦੋਨੇ ਪਾਵੇਂ ਚੱਕ ਲੈ ਮੁਰਿਓ ਹਾਂਜੀ ਸਤਿਗੁਰੂ ਨੇ ਪਿਛਲੇ ਪਾ ਸਤਿਗੁਰੂ ਦੇ ਸਿੱਖਾਂ ਦੇ ਪਿਛਲੇ ਪਾਵੇਂ ਚੱਕ ਲੈ ਜੀ ਔਰ ਉਦਾਂ ਹੀ ਜਿੱਦਾਂ ਚੌਰ ਹੁੰਦਾ ਸੀ ਉਦਾਂ ਹੀ ਚੌਰ ਕਰਨ ਲੱਗੇ ਭਾਈ ਮਾਨ ਸਿੰਘ ਸਤਿਗੁਰੂ ਤੇ ਸਤਗੁਰੂ ਉੱਥੋਂ ਏਸ ਰੂਪ ਚਾਲੇ ਪਾਤੇ ਘੋੜੇ ਤੇ ਨਹੀਂ ਚੜੇ ਘੋੜਾ ਨਾਲ ਨਾਲ ਤੁਰ ਲਿਆ ਠੀਕ ਪਰ ਸਤਗੁਰੂ ਜੀ ਤੁਰ ਪਏ ਹਾਂਜੀ ਤੇ ਇੱਕ ਦੋ ਨਹੀਂ ਉਹ ਗਦਮਾਨੇ ਸਾਧੂ ਕਿੰਨੇ ਕੁ ਮੈਂ ਸੋਚਦਾ ਵੀ ਉਹ ਤਖਤ ਵਰ ਜੇ ਹੋਣਗੇ ਹਾਂਜੀ ਕਿੰਨੀ ਕੋਈ ਸ਼ਰਧਾ ਹੋਊਗੀ ਉਹ ਇੱਕ ਦੋ ਕੋਈ ਨਹੀਂ ਇੱਕ ਦੋ ਫਰਲਾੰਗੀ ਨਹੀਂ ਉਹ ਪੰਜ ਕੋ ਤੱਕ ਸਤਗੁਰੂ ਦਾ ਪਲੱਗ ਚੱਕ ਕੇ ਲੈ ਕੇ ਇਦਾਂ ਤੇ ਉਹ ਜਦੋਂ 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 ਸ਼ਰਧਾ ਨਾਲ ਤੁਰ ਰਹਿਣਾ ਦੌੜਾ ਘੂੜੇ ਵਾਂਗੂ ਹਾਂਜੀ ਤੇ ਸਤਗੁਰੂ ਜੀ ਉਹਨਾਂ ਦੇ ਦੋਹਾਂ ਦੇ ਟਿੰਡ ਤਾਰਾ ਹਲੇ ਟਿੰਡਾ ਆ ਜਿਵੇਂ ਸਾਧੂ ਜਿੱਦਾਂ ਹੁੰਦੀਆਂ ਸੀਗੀਆਂ ਸਤਗੁਰੂ ਜੀ ਪਲੰਘ ਦੇ ਉੱਤੇ ਬੈਠੇ ਤੇ ਉਹ ਦੋਹਾਂ ਦੇ ਟਿੰਡਾਂ ਦੇ ਉੱਤੇ ਨਾ ਉਹ ਮੁਰੇ ਜਿਹੜਾ ਦੋਨੇ ਬਣਾ ਹੱਥ ਮਾਰਦੇ ਆ ਜਿਦਾ ਤਬਲੇ ਤੇ ਮਾਰਦੇ ਆ ਤਬਲੇ ਵਾਂਗੂ ਹੱਥ ਮਾਰਦੇ ਤੇ ਉਹ ਤਬਲੇ ਦੀ ਆਵਾਜ਼ ਮੂੰਹ ਚ ਉੱਠਦੇ ਆ ਠੀਕ 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 ਇਹ ਇੱਕ ਵੱਖਰੀ ਤਰ੍ਹਾਂ ਦਾ ਸੰਗ ਜੀ ਜੀ ਉਹ ਯਾਨੀ ਕਿ ਉੱਥੇ ਤਾਂ ਉੱਚ ਦੇ ਪੀਰ ਦੇ ਰੂਪ ਜਦੋਂ ਜਾਣਾ ਸੀ ਉਦੋਂ ਤੱਕ ਗੰਭੀਰਤਾ ਸੀ ਬਹੁਤ ਜ਼ਿਆਦਾ ਪਰ ਇੱਥੇ ਸਤਗੁਰੂ ਜੀ ਉਹ ਦਿਖਾਉਣਾ ਚਾਹੁੰਦੇ ਵੀ ਜ਼ਿੰਦਗੀ ਦੀਆਂ ਖੁਸ਼ੀਆਂ ਜੀ ਜ਼ਿੰਦਗੀ ਉਹ ਵੀ ਮਨੋਖਰੂ ਚਾਹੀਦੇ ਆ ਉਹਨਾਂ ਸਿਰਾਂ ਦੇ ਹੱਥ ਮਾਰਦੇ ਤੋਂ ਮੂੰਹ ਚ ਉਹ ਸਾਧੂ ਆ ਉਹ ਵੀ ਸਾਧੂ ਆ ਹਾਂਜੀ ਗੁਰੂ ਗੋਬਿੰਦ ਸਿੰਘ ਸਾਧੂਆਂ ਦੇ ਵੀ ਸਾਧੂ ਆ ਸਾਧੂ ਆ ਜਿਹੜੀ ਕਿ ਉਹ ਤਾਂ ਰਬ ਰੂਪ ਆ ਤੇ ਉਹਨਾਂ ਦੇ ਸਿਰਾਂ ਤੇ ਤਬਲਿਆਂ ਉੱਤੇ ਤਬਲੇ ਆਪ ਹੱਥ ਮਾਰ ਦਿੰਦੇ ਆ ਜਿਹਦਾ ਪੂਰੀ ਰਿਦਮ ਚ ਜੀ ਜੀ ਤੇ ਜਦੋਂ ਰਿਦਮ ਚ ਜਿਹੜੀ ਰਿਦਮ ਚ ਸਾਧੂ ਖਾਣ ਦਿੰਦੇ ਆ ਉਹ ਆਪਣੇ ਮੂੰਹ ਤੋਂ ਉਦਾਂ ਦੀ ਆਵਾਜ਼ ਕੱਢਦੇ ਆ ਕਦੀ ਸਤਗੁਰੂ ਜਦੋਂ ਆਪਣੀ ਤਾਲ ਤਬਲ ਬਦਲਦੇ ਆ ਉਹ ਸੰਗੀ ਦੇ ਵਿੱਚ ਵਾਈ ਦਿੰਦੇ ਆ ਕਦੀ ਤਬਲੇ ਦੇ ਰੂਪ ਜੀ ਦਿੰਦੇ ਆ ਕਦੀ ਧੌਂਸੇ ਦੇ ਰੂਪ ਜੀ ਦਿੰਦੇ ਆ ਕਦੀ ਨਗਾਰੇ ਦੇ ਰੂਪ ਜੀ ਦਿੰਦੇ ਉਹ ਮੂੰਹ ਚੋਂ ਉਹਦੇ ਬਾਜਾ ਕਢਦੇ ਤੁਰੇ ਜਾਂਦੇ ਆ ਤੇ ਉਹ ਪੂਰਾ ਰੰਗ ਵੱਜ ਆਉਂਦੇ ਵਾਲੇ ਲੋਕੀ ਦੇਖਦੇ ਆ ਤੇ ਸਤਗੁਰੂ ਉਹ ਥਾਂਗ ਆਪਣਾ ਉੱਚ ਦੇ ਪੀਰ ਵਾਲਾ ਥਾਂਗ ਆ ਮਗਰ ਘੋੜੇ ਵਾਲੇ ਦੇ ਵਾਲੇ ਸਿੱਖਾਂ ਦੇ ਲਸ਼ਕਰ ਪੂਰਾ ਤੁਰਿਆ ਜਾ ਰਿਹਾ ਆ ਜਿਕਾਰੇ ਗੱਜ ਰਿਹਾ ਆ ਔਰ ਉਹ ਉਹਨਾਂ ਦੇ ਮੂੰਹ ਚੋਂ ਧੌਂਸੇ ਬੋਲ ਰਿਹਾ ਤੇ ਸਤਗੁਰੂ ਉਹਨਾਂ ਦੇ ਸਿਰਾਂ ਤੇ ਤਾਲ ਤਾਲ ਦੀ ਜਿਹੜੀ ਤਾਲ ਦੇਈ ਜਾ ਰਹੀ ਮੈਂ ਕਹਿੰਦਾ ਕਿੰਨੇ ਕਰਮਾਂ ਵਾਲੇ ਹੋਣਗੇ ਬਿਲਕੁਲ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਸਤਗੁਰੂ नेहा नेहा निहाल ਤੇ ਜਿਨ੍ਹਾਂ ਦੇ ਸਰਬ ਤੇ ਤਬਲੇ ਦੀ ਤਾਮ ਸਤਿਗੁਰੂ ਨੇ ਦਿੱਤੀ ਹੋਊਗੀ ਕਿੰਨੀਆਂ ਬਖਸ਼ਿਸ਼ਾਂ ਦੇ ਸਤਿਗੁਰੂ ਨੇ ਕਰ ਦਿੱਤੀਆਂ ਹੋਣਗੀਆਂ ਉਹਦੇ ਉੱਤੇ ਤੇ ਪੰਜ ਕੋਹ ਤੱਕ ਪਿੰਡ ਬਾਜਕ ਤੋਂ ਜੱਸੀ ਪਿੰਡ ਦੀ ਯੂ ਤੱਕ ਠੀਕ ਹੈ ਤਕ ਪੰਜ ਕੋ ਦਾ ਪੈਂਡਾ ਬੰਦਾ ਜੱਸੀ ਪਿੰਡ ਦੀ ਜੂ ਤੱਕ ਏਡੇ ਪਲੰਗ ਜਾ ਕੇ ਤੁਰੇਗਾ ਤੇ ਸਤਗੁਰੂ ਨੇ ਜਾ ਕੇ ਜੱਸੀ ਬੰਦੇ ਬੇਸੀ ਤਾਂ ਅਸੀਂ ਤਾਂ ਤੁਹਾਡਾ ਦੇਖਦੇ ਸੀਗੇ ਵੀ ਕਿੰਨਾ ਕੁ ਸਿਰ ਤੁਸੀਂ ਚੱਕ ਸਕਦੇ ਹੋ ਪਰ ਹੁਣ ਰੱਖ ਦਿਓ ਤੁਸੀਂ ਬਹੁਤ ਕੀਤਾ ਸਤਗੁਰੂ ਉਹਨਾਂ ਦੀ ਹਾਲਾਤ ਦੇਖ ਕੇਗਾ ਉੱਥੇ ਰੱਖ ਦਿਓ ਜੱਸੀ ਪਿੰਡ ਦੀ ਧਾਬ ਦੇ ਨੇੜੇ ਜਾ ਕੇ ਉਹਨਾਂ ਨੇ ਪਲੰਗ ਰੱਖਿਆ ਹਾਂਜੀ ਸਤਗੁਰੂ ਜਾ ਕੇ ਉੱਥੇ ਘੋੜੇ ਤੇ ਸਵਾਰ ਹੋਏ ਠੀਕ ਹੈ ਉਹ ਸਤਗੁਰੂ ਉੱਥੇ ਜਾ ਕੇ ਘੋੜੇ ਤੇ ਸਵਾਰ ਹੋਏ ਆ ਪਲੰਗ ਛੱਡ ਕੇ ਉਸ ਦਿਨ ਜਿਸ ਦਿਨ ਉੱਥੇ ਪਹੁੰਚੇ ਉਸ ਦਿਨ ਉਥੇ ਮੇਲਾ ਵੀ ਲੱਗਦਾ ਉਸ ਦਿਨ ਕੁਦਰਤੀ ਨਮਾਣੀ ਕਾਦੀਸ਼ੀ ਸੀ ਗਨਮਥਕੇ ਨਹੀਂ ਕੁਦਰਤੀ ਉਸ ਦਿਨ ਨਮਾਣੀ ਕਾਦੀਸ਼ੀ ਸੀ ਹਿੰਦੂਆਂ ਦਾ ਤਿਹਾਰ ਹਾਂਜੀ ਤਿਹਾਰ ਤੇ ਹਿੰਦੂਆਂ ਦਾ ਤਿਹਾਰ ਹਾਂਜੀ ਤੇ ਸਤਗੁਰੂ ਜੀ ਉਸ ਨਮਾਣੀ ਕਾਦੀਸ਼ੀ ਵਾਲੇ ਦਿਨ ਪਹੁੰਚੇ ਤੇ ਹੁਣ ਢਾਵਿਆ ਉਥੇ ਪਿੰਡ ਦੇ ਬਾਹਰ ਬਾਹਰ ਜੂ ਦੀ ਜਿਹੜੀ ਢਾਬ ਢਾਬ ਸੀਗੀ ਸਤਗੁਰੂ ਨੇ ਢਾਬ ਦੇ ਢਾਬਾਂ ਤੇ ਰੁਕਦੇ ਹੁੰਦੇ ਸੀ ਆਮ ਤੌਰ ਤੇ ਇਹ ਨਿਰਮਲ ਜਲ ਦੀ ਢਾਬਾ ਹੁੰਦੇ ਸਤਗੁਰੂ ਉਥੇ ਰੁਕੇ ਆ ਗਨਮਥਕੇ ਉਧਰ ਨੂੰ ਜਾਂਦੇ ਹੁੰਦੇ ਸੀ ਕਿਉਂਕਿ ਘੋੜਿਆਂ ਨੂੰ ਵੀ ਪਾਣੀ ਪਿਉਣਾ ਆ ਆ ਪਾਣੀ ਦੇ ਹੋਰ ਕੋਈ ਸੂਰਸ ਹੀ ਨਹੀਂ ਨਲਕੇ ਜਾ ਖੂਹ ਹੁੰਦੇ ਸੀ ਖਰਟ ਹੁੰਦੇ ਸੀ ਖੂਹ ਹੁੰਦੇ ਸੀ ਉਹਨਾਂ ਚੋਂ ਟਿੰਡਾ ਨਾਲ ਪਾਣੀ ਕਿੱਧਰ ਨਾਲ ਜਲ ਹੁੰਦੀ ਸੀਗੀ ਜਾਂ ਤਾਂ ਉਹ ਹੁੰਦੇ ਸੀ ਤੇ ਜਾਂ ਫਿਰ ਵੱਡੀ ਜਿਹੜੀ ਲੋੜ ਸੀ ਉਹ ਟਾਬ ਜਿਹੜੀ ਸੀ ਪਾਣੀ ਪੂਰਾ ਕਰਦੀ ਹੁੰਦੀ ਸੀ ਉਹ ਖੂਬ ਹੀ ਕਦੇ ਬਰਲਾ ਵੱਡਾ ਹੁੰਦਾ ਹੁੰਦਾ ਸੀਗਾ ਜਿਹੜਾ ਖੂਬ ਬਣਵਾ ਲੈਂਦਾ ਖਦਵਾ ਲੈਂਦਾ ਸੀਗਾ ਉਹਨੂੰ ਸਮਝਦੇ ਸ਼ੌਂਕਰ ਬੰਦਾ ਇਲਾਕੇ ਦਾ ਵੱਡਾ ਇਲਾਕੇ ਦਾ ਵੱਡਾ ਬੰਦਾ ਬਣ ਗਿਆ ਇਲਾਕੇ ਦਾ ਚੌਧੀ ਹੁੰਦਾ ਸੀ ਉਹ ਇੱਕ ਅੱਧਾ ਕਦੇ ਖੂਹ ਹੁੰਦਾ ਹੁੰਦਾ ਸੀ ਬਾਕੀ ਲੋਕਾਂ ਦੀ ਜਿਹੜੇ ਸਾਰੇ ਗੁਜਾਰੇ ਢਾਬਾਂ ਤੇ ਪਾਣੀ ਤੋਂ ਹੁੰਦਾ ਸੀ ਤੇ ਘੋੜਿਆਂ ਦੇ ਜਾਨਵਰਾਂ ਦੇ ਪਾਣੀ ਪੀਣ ਲਈ ਖੂਹਾਂ ਦਾ ਪਾਣੀ ਨਹੀਂ ਸੀ ਉਹਨਾਂ ਨੂੰ ਪਿਆ ਜਾਂਦਾ ਹੁੰਦਾ ਖੂਹਾਂ ਦਾ ਪਾਣੀ ਤਾਂ ਵੱਡੇ ਲੋਕ ਹੀ ਪੀਂਦੇ ਹੁੰਦੇ ਸੀ ਇਦਾਂ ਕਰਦੇ ਤੇ ਸਤਗੁਰੂ ਜੀ ਪਰ ਢਾਬਾਂ ਦਾ ਨਿਰਮਲ ਜਲ ਮੈਂ ਜਾਨੀ ਕਿ ਆਪਣੇ ਬਚਪਨ ਦੇ ਵਿੱਚ ਅੱਜ ਔਖਾ ਹੋ ਗਿਆ ਪੰਜਾਬ ਦਾ ਪਾਣੀ ਜਾ ਕੇ ਤੁਸੀਂ ਨਾ ਕਦੇ ਤੇ ਤੁਹਾਨੂੰ ਨਹੀਂ ਪੱਜਦਾ ਇਹ ਇੰਗਲੈਂਡੋਂ ਗਏ ਲੋਕ ਬਾਹਰੋਂ ਗਏ ਲੋਕ ਹੀ ਨਹੀਂ ਪੰਜਾਬ ਦੇ ਲੋਕ ਵੀ ਨਹੀਂ ਪੀਂਦੇ ਉਹ ਪਾਣੀ ਠੂਟੀ ਦਾ ਪਾਣੀ ਨਹੀਂ ਪੀ ਸਕਦੇ ਕਿਉਂਕਿ ਪਤਾ ਨਹੀਂ ਸੀਵਰੀ ਸਿਸਟਮ ਦੇ ਵਿੱਚ ਪਤਾ ਨਹੀਂ ਕੀ ਕੀ ਰਲ ਕੇ ਆ ਰਿਹਾ ਕਿੰਨਾ ਗੰਦਾ ਰਿਹਾ ਪਾਣੀ ਗੰਦਾ ਹੋ ਗਿਆ ਆ ਉਹ ਪਾਣੀ ਪੰਜਾਬ ਦਾ ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਪਾਣੀ ਦੀ ਤਸਵੀਰ ਜਿਹੜੀ ਘੋ ਵਰਗੀ ਆ ਇਹ ਪੰਜਾਂ ਦਰਿਆਵਾਂ ਦਾ ਦੇਸ਼ ਆ ਜਿਹੜਾ ਇਹਨਾਂ ਦਰਿਆਵਾਂ ਦਾ ਪਾਣੀ ਪੀ ਲਿੰਦਾ ਹੈ ਨਾ ਉਹ ਅਣਖ ਤੇ ਗੈਰਤ ਉਹਦੇ ਕੋਲ ਆ ਜਾਂਦੀ ਉਹਦੇ ਕੋਲ ਜਵਾਨੀਆਂ ਵੀ ਆ ਜਾਂਦੀਆਂ ਪਾ ਪੰਜਾਬ ਦੇ ਪਾਣੀ ਦੀ ਤਸਵੀਰ ਕਿਉਂ ਵਰਗੀ ਹੁੰਦੀ ਸੀਗੀ ਪਰ ਉਹ ਪਾਣੀ ਜਿਹੜਾ ਮਹਾਮਾਰੀਆਂ ਬਿਮਾਰੀਆਂ ਦਾ ਕਾਰਨ ਬਣ ਗਿਆ ਤੁਹਾਨੂੰ ਪਛਦਾ ਨਹੀਂ ਪਰ ਮੈਂ ਆਪਣੇ ਬਚਪਨ ਦੇ ਵਿੱਚ ਮੇਰਾ ਖਾਲ ਮੇਰੀ ਬਚਪਨ ਦੇ ਸਾਰੇ ਲੋਕਾਂ ਦੇ ਸਿੱਖੂਆਂ ਤੇ ਖੇਤੀ ਕਰਨ ਵਾਲੇ ਲੋਕਾਂ ਦੇ ਸਾਰੇ ਪਿੰਡਾਂ ਦੇ ਥਾਵਾਂ ਤੇ ਰਹਿਣ ਵਾਲੇ ਲੋਕ ਜਿਹੜੇ ਸੀ ਅਸੀਂ ਖਾਲਾਂ ਦੇ ਵਿੱਚੋਂ ਟਿਊਬ ਦਾ ਪਾਣੀ ਆ ਰਿਹਾ ਖਾਲ ਦੇ ਵਿੱਚੋਂ ਪਾਣੀ ਪੀਤਾ ਹਾਂ ਜੀ ਹਾਂ ਜੀ ਖਾਲਾਂ ਦੇ ਵਿੱਚੋਂ ਯਾਨੀ ਚਲ ਕੋਈ ਗੱਲ ਨਹੀਂ ਟਿਊਬਲ ਦੂਰ ਆ ਰਿਹਾ ਪਾਣੀ ਜਾ ਰਿਹਾ ਤੇ ਖਾਲ ਦੇ ਵਿੱਚ ਆ ਰਿਹਾ ਉਹਨੂੰ ਇਦਾਂ ਮੜਾ ਜੇ ਨਤਾਰਨਾ ਤੇ ਪਾਣੀ ਲੈਣਾ ਇਹ ਪੀਤਾ ਹੋਇਆ ਔਰ ਉਹ ਪਾਣੀ ਸੱਚੀ ਆਨੰਦ ਹੀ ਹੋ ਰਿਹਾ ਆਨੰਦ ਹੁੰਦਾ ਜਦੋਂ ਭੁੱਖ ਨਾ ਪਾਣੀ ਪੀਣਾ ਆਨੰਦ ਹੋਰ ਹੁੰਦਾ ਸੀ ਤੇ ਉਹ ਉਦੋਂ ਪਹਿਲਾਂ ਲੋਕੀ ਤਾਂ ਬਾਦਾ ਪਾਣੀ ਵੀ ਪੀਂਦੇ ਸੀ ਖੜਾ ਹੋਇਆ ਹੋਇਆ ਘੋੜਿਆਂ ਨੂੰ ਇੱਕ ਬੰਨੇ ਪੀਲਾਣਾ ਦੂਜੇ ਬੰਨੇ ਨਰਮਲ ਜਲੇ ਆਪ ਵੀ ਪੀਣਾ ਇਸ਼ਾਰਾ ਨਹੀਂ ਉੱਥੇ ਕਰਨਾ ਸੋ ਸਤਗੁਰੂ ਜੀ ਨੇ ਆਪਣੇ ਘੋੜੇ ਉੱਤੇ ਸਵਾਰ ਆ ਤੇ ਸਤਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਹੀ ਆਪ ਦੇ ਕੰਢੇ ਲੈ ਕੇ ਗਿਆ ਤੇ ਉਹਨੂੰ ਜਲ ਸ਼ਕਾਉਣ ਲੱਗਿਆ ਘੋੜੇ ਨੂੰ ਤੇ ਪਤਾ ਨਹੀਂ ਸਤਗੁਰੂ ਦੇ ਮਨ 'ਚ ਕੀ ਆਇਆ ਇਹ ਸਤਗੁਰੂ ਦੀਆਂ ਸਤਗੁਰ ਜਾਨੇ ਕਈਆਂ ਦੀਆਂ ਗੱਲਾਂ ਬਹੁਤ ਗਾਂਧੀ ਹੁੰਦੀ ਸਤਗੁਰੂ ਘੋੜੇ ਨੂੰ ਜਾਲੇ ਛਕਾਉਣ ਲੱਗੇ ਘੋੜੇ ਨੂੰ ਅੱਡੀ ਮਾਰੀ ਜਲ ਦੇ ਵਿੱਚ ਮਾਰ ਲਿਆ ਪਾਪ ਦੇ ਵਿੱਚ ਠੀਕ ਸ਼ਾਇਦ ਸਤਗੁਰੂ ਪਾਪ ਦੀ ਢੰਗਾਈ ਢੰਗਾਈ ਦੇਖਦੇ ਹੁਣ ਜਾਂ ਕੋਈ ਗੱਲ ਕਰਦੇ ਹੁਣ ਸਤਗੁਰੂ ਜਾਣੇ ਸਤਗੁਰੂ ਦੀ ਮੈਂ ਮਾ ਸਤਗੁਰੂ ਜਾਣਦਾ ਜੀ ਤੇ ਜਦੋਂ ਵਿੱਚ ਗਏ ਸਤਗੁਰੂ ਸਤਗੁਰੂ ਦੇ ਨੀਲੇ ਬਸਤਰ ਪਾਨੇ ਹੋਏ ਸੀ ਨਾ ਹਾਂਜੀ ਉਹਨਾਂ ਦੇ ਕੰਨ ਕੱਢ ਦਿੱਤੇ ਹਾਂਜੀ ਹਾਂਜੀ ਪਰ ਜਦੋਂ ਸਤਗੁਰੂ ਵਿੱਚ ਗਏ ਤਾਂ ਆਪਦੇ ਤੋਂ ਦੂਜੇ ਸਰੀਰ ਜਾ ਕੇ ਨਿਕਲੇ ਜੀ ਕੁੜਾ ਤੈਰਦਾ ਗਿਆ ਸਤਿਗੁਰੂ ਗਿਆ ਕਰੀ ਪੂਰੀ ਝੁੱਬੀ ਲਾਈ ਆ ਤੇ ਫਿਰ ਘੋੜੇ ਦੇ ਉੱਤੇ ਤੈਰਦੇ ਤਰ੍ਹਾਂ ਤੇ ਸਤਿਗੁਰੂ ਦੂਜੇ ਸਰੇ ਜਦੋਂ ਢਾਬ ਦੇ ਨਿਕਲੇ ਆ ਨਾ ਤੇ ਸਤਿਗੁਰੂ ਦੇ ਇਹਦੇ ਨੀਲੇ ਵਸਤਰੀ ਚਿੱਟੇ ਹੋਏ ਸੀ ਠੀਕ ਹੈ ਇਹ ਸਾਡੇ ਇਤਿਹਾਸ ਚ ਲਿਖਿਆ ਔਰ ਸਾਡੇ ਇਤਿਹਾਸ ਦੇ ਜਿੰਨੇ ਪ੍ਰਾਤਨ ਸਰੋਤ ਆ ਕੋਈ ਸਰੋਤ ਹੈ ਉਹ ਜਾਨੀ ਜਿੰਨੇ ਇਹ ਸਾਖੀ ਦੀ ਗੱਲ ਨਹੀਂ ਕੀਤੀ ਠੀਕ ਤੇ ਸਤਿਗੁਰੂ ਨੇ ਕਿਹਾ ਜਦੋਂ ਚਿੱਟੇ ਵਸ ਸਖ ਸੰਗਤਾਂ ਜਿਹੜੀਆਂ ਦੇਖੇ ਬਹੁਤ ਆਰਾਨ ਹੁੰਦੀ ਆ ਹਾਂਜੀ ਬਈ ਇਹ ਸਤੂ ਨੇ ਕੀ ਗੋਤਗੁਰਤਾ ਤੇ ਸਤਿਗੁਰੂ ਕਹਿੰਦੇ ਸਤਜੁਗ ਦਾ ਤੀਰਥ ਸੀ ਇੱਥੇ ਬੜੀ ਭਗਤੀ ਹੋਈ ਹੋਈ ਆ ਇੱਥੇ ਬੜਾ ਨਾਮ ਜਪਿਆ ਗਿਆ ਹੋਇਆ ਆ ਇੱਥੇ ਜਾਨੀ ਕਿ ਜੇ ਤੁਸੀਂ ਇੱਥੇ ਆ ਕੇ ਇਸ਼ਨਾਨ ਕਰੋਗੇ ਨਾਮ ਜਪੋਗੇ ਦੀ ਆਬੋ ਹਵਾ ਇਦਾਂ ਦੀ ਆ ਇਦਾਂ ਹੋਰਾਂ ਕਹ ਲੋ ਇਦਾਂ ਦਾ ਬਣਿਆ ਹੋਇਆ ਆ ਇਦਾਂ ਇੱਥੇ ਆ ਕੇ ਜਿਹੜਾ ਮੰਨ ਟਿਕਾ ਕੇ ਬੈਠੂਗਾ ਇੱਥੇ ਇਸ਼ਨਾਨ ਕਰੂਗਾ ਇੱਥੇ ਬੈਠ ਕੇ ਟਿਕ ਕੇ ਬੈਠੂਗਾ ਉਹਦਾ ਜਿਹੜੇ ਪਿਛਲੇ ਕਾਲੇ ਕਰਮ ਆ ਉਹ ਗਾ ਸਫੈਦ ਹੋ ਜਾਣਗੇ ਠੀਕ ਠੀਕ ਪਰ ਮੰਨ ਟਿਕਣਾ ਬਹੁਤ ਜਿਆਦਾ ਹੈ ਜੀ ਤੇ ਸੋ ਸਤਿਗੁਰ ਜੀ ਨੇ ਇਹ ਵਰਦਾਨ ਦਿੱਤਾ ਤੇ ਉਸ ਦਿਨ ਤੋਂ ਬਾਅਦ ਸਤਿਗੁਰ ਨੇ ਫਿਰ ਨੀਲੇ ਵਸਤਰ ਨਹੀਂ ਪਾਏ ਚਿੱਟੇ ਵਸਤਰ ਪਾਨੇ ਆ ਕੇਸਰੀ ਵਸਤਰ ਪਹਿਨੇ ਆ ਪਰ ਉਸ ਦਿਨ ਤੋਂ ਬਾਅਦ ਨੀਲੇ ਵਸਤਰ ਨਹੀਂ ਪਾਨੇ ਔਰ ਉਸ ਤੀਰਥ ਨੂੰ ਸਤਿਗੁਰ ਨੇ ਬੱਗਾ ਸਰਤੀਰ ਦਾ ਨਾਮ ਦਿੱਤਾ ਮੇਰੇ ਖਿਆਲ ਟਾਈਮ ਜ਼ਿਆਦਾ ਹੋ ਗਿਆ ਪਹਿਲਾਂ ਵਿੱਚ ਤੁਹਾਨੂੰ ਕਰ ਲਾਂਗੇ ਬੱਗਾ ਸਰਤੀਰ ਇਸ ਤੋਂ ਕਰ ਲਾਂਗੇ ਜੀ ਬਿਲਕੁਲ ਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਗਾ ਸਰਤੀਰ ਦਾ ਨਾਮ ਕਿਉਂ ਦਿੱਤਾ ਇਹ ਤਾਂ ਸਤਿਗੁਰੂ ਜੀ ਦਾ ਪਰ ਹੋਰ ਉਹਦੇ ਵਿੱਚ ਕੀ ਕੀ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਅਗਲੇ ਐਪੀਸੋਡ ਵਿੱਚ ਆਪ ਜੀ ਨਾਲ ਸਾਂਝੀ ਕੀਤੀ ਜਾਵੇ ਕਿ ਸਤਿਗੁਰੂ ਜੀ ਨੇ ਸੁਖੂ ਤੇ ਬੁੱਧੂ ਨੂੰ ਵੇਖੋ ਕਿੰਨੀ ਬਖਸ਼ਿਸ਼ ਕੀਤੀ ਪਿਆਰ ਦੇ ਨਾਲ ਕਹਿੰਦੇ ਕੋਈ ਵੀ ਸਤਿਗੁਰੂ ਜੀ ਨੂੰ ਬੁਲਾਉਂਦਾ ਕਿਸੇ ਅੰਦਾਜ਼ ਵਿੱਚ ਵੀ ਬੁਲਾਉਂਦਾ ਸਤਿਗੁਰੂ ਜਿਹੜੇ ਆ ਉਹਦਾ ਜਿਹੜਾ ਪਿਆਰ ਆ ਉਹਨੂੰ ਕਬੂਲ ਜ਼ਰੂਰ ਕਰਦੇ ਨੇ ਪ੍ਰੋਗਰਾ ਕੋਸ਼ਿਸ਼ ਇੱਕ ਨਵੀਂ ਤੋਂ ਨਵੀਂ ਸੋਚ ਜਿਹੜੀ ਸਾਨੂੰ ਸੁਣਨ ਨੂੰ ਮਿਲਦੀ ਹੈ ਤੇ ਕੋਸ਼ਿਸ਼ ਕਰਿਆ ਕਰੀਏ ਕਿ ਜਿੰਨੇ ਵੀ ਭੈਣ ਭਰਾ ਪ੍ਰੋਗਰਾਮ ਦੇਖਦੇ ਨੇ ਇਹ ਜਦੋਂ ਅਸੀਂ ਤੁਸੀਂ ਸੁਣਦੇ ਹੋ ਇਹਨਾਂ ਗੱਲਾਂ ਨੂੰ ਹੋਰ ਵੀ ਆਪਣੇ ਭੈਣ ਭਰਾਵਾਂ ਤੱਕ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਇਆ ਕਰੋ ਕਿਉਂਕਿ ਇੱਕ ਇੱਕ ਕਹਿ ਸਕਦੇ ਨੇ ਕਿ ਅਨਮੋਲ ਖਜ਼ਾਨਾ ਜਿਹੜਾ ਸਾਨੂੰ ਇਸ ਵਕਤ ਮਿਲ ਰਿਹਾ ਇਸ ਪ੍ਰੋਗਰਾਮ ਦੇ ਜ਼ਰੀਏ ਅਗਲੇ ਐਪੀਸੋਡ ਵਿੱਚ ਆਪ ਜੀ ਨਾਲ ਫੇਰ ਮੁਲਾਕਾਤ ਹੋਵੇਗੀ ਇੱਥੇ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ शिवा पर मोहे है शुभ कर मनते कबो ना डरू न डरू और सोच अब जाये लड़ू निश्चय कर अपनी जीत गु